ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਅਮਰਜੋਤ ਸਿੰਘ ਬੋਲ ਰਿਹਾ ਐਡਮਿੰਟਨ ਤੋਂ ਕੈਨੇਡਾ। ਇਸ ਵਕਤ ਰਾਤ ਦੇ 9 ਵਜਣ ਲੱਗੇ ਹੈ ਅਤੇ ਮੈਂ ਕੱਲ੍ਹ ਇੱਕ ਮੈਸੇਜ ਪਾਇਆ ਸੀ ਆਪਣੇ ਯੂਟਿਊਬ ਚੈਨਲ 'ਤੇ ਕਿ ਮੈਨੂੰ ਕੋਈ ਜਿਹੜਾ ਕਿਸਾਨ ਰੈਲੀ ਚੱਲ ਰਹੀ ਹੈ ਉੱਥੋਂ ਕੋਈ ਅਗਰ ਕੋਈ ਮਿਲ ਜਾਏ ਜਿਹੜਾ ਇਸ ਵਕਤ ਜਿਹੜਾ ਦੇਖ ਰਿਹਾ ਹੈ ਗਰਾਊਂਡ ਰਿਐਲਿਟੀ ਨੂੰ ਬਿਆਨ ਕਰੇ। ਅਤੇ ਮੇਰੇ ਨਾਲ ਜੁੜ ਚੁੱਕੇ ਹੈ ਇੱਕ ਵਕੀਲ ਸਾਹਿਬ ਗੁਰਪ੍ਰੀਤ, ਜਿਹੜੇ ਅੰਬਾਲੇ ਤੋਂ ਰਹਿਣ ਵਾਲੇ ਨੇ। ਇਹਨਾਂ ਨੂੰ ਪਤਾ ਹੈ ਕਿ ਹੋ ਕੀ ਰਿਹਾ ਹੈ, ਅਤੇ ਦੂਸਰੀ ਚੀਜ਼ ਇਹਨਾਂ ਇਹ ਲੋਇਰ ਵੀ ਨੇ, ਅਤੇ ਇਹਨਾਂ ਨੂੰ ਇਸ ਜਿਹੜੇ ਜੋ ਕਿਸਾਨ ਕਹਿ ਰਹੇ ਕਾਲੇ ਕਾਨੂੰਨ ਉਹਨਾਂ ਦੇ ਬਾਰੇ ਵੀ ਖਾਸੀ ਨੌਲੇਜ ਹੈ, ਅਤੇ ਉਹਨਾਂ ਨਾਲ ਆਪਾਂ ਗੱਲ ਕਰਾਂਗੇ। ਅਤੇ ਮੇਰੇ ਨਾਲ ਸੁਖਮਨਜੀਤ ਸੰਧੂ ਵੀ ਕੈਨੇਡਾ ਤੋਂ ਜੁੜੇ ਹੋਏ ਹੈ। ਸਤਿ ਸ਼੍ਰੀ ਅਕਾਲ ਗੁਰਪ੍ਰੀਤ। ਸਤਿ ਸ਼੍ਰੀ ਅਕਾਲ ਸਰ, ਸਤਿ ਸ਼੍ਰੀ ਅਕਾਲ ਸਰ ਆਲ ਵਿਊਅਰਸ ਟੂ। ਥੈਂਕ ਯੂ ਵੈਰੀ ਮੱਚ, ਥੈਂਕ ਯੂ ਵੈਰੀ ਮੱਚ। ਆਪਾਂ ਗੱਲ ਪਹਿਲਾਂ ਸ਼ੁਰੂ ਕਰੀਏ ਕਿ ਬਈ ਤੁਸੀਂ ਅਗਰ ਸੰਖੇਪ ਵਿੱਚ ਅੱਗੇ ਦੱਸੋਗੇ ਜਿਹੜੇ ਜਿਹੜੇ ਕਾਨੂੰਨ ਹੈ ਜਿਹੜਾ ਦਾ ਐਕਟ ਬਣ ਗਿਆ, ਇਹਦੇ ਬਾਰੇ ਥੋੜਾ ਜਿਹਾ ਸੁਰਖੀਆਂ ਦੱਸ ਦਿਓ, ਜਸਟ ਐਸ ਅ ਬੈਕਗ੍ਰਾਉਂਡ ਦੈਟ ਵੀ ਵਿਲ ਗੋ ਫਰਮ ਦੈਰ। ਇਹਦੀ ਸੁਰਖੀਆਂ ਕੀ ਹੈ, ਗਵਰਨਮੈਂਟ ਕੀ ਸੋਚ ਰਹੀ ਹੈ? ਤੇ ਮੈਨੂੰ ਇਹ ਪਤਾ ਕਿ ਗਵਰਨਮੈਂਟ ਕੁਝ ਹੋਰ ਸੋਚ ਰਹੀ ਹੈ, ਕਿਸਾਨ ਕੁਝ ਹੋਰ ਸੋਚ ਰਹੇ ਹੈ, ਉਹਨਾਂ ਵਿੱਚ ਇੱਕ ਵਿਰੋਧ ਹੈ। ਤੁਸੀਂ ਮੈਨੂੰ ਦੱਸੋ ਕਿ ਵੀ ਇਹ ਗਵਰਨਮੈਂਟ ਦਾ ਵਿਊ ਪੁਆਇੰਟ ਕੀ ਹੈ? ਉਹ ਪ੍ਰਧਾਨ ਮੰਤਰੀ ਤਾਂ ਕਹਿ ਰਹੇ ਹੈ ਕਿ ਅਸੀਂ ਮਨ ਕੀ ਬਾਤ ਕਿ ਅਸੀਂ ਇਹ ਕ੍ਰਾਂਤੀ ਆ ਜਾਏਗੀ, ਫਲਾਨਾ ਇਨਕਮ ਹੋ ਜਾਏਗੀ। ਵਟ ਇਜ਼ ਦਾ ਰਿਐਲਿਟੀ ਇਨ ਦ ਲਾਸ ਸਰ? ਐਕਚੁਅਲੀ ਇਨ ਮਾਈ ਸਰ ਮੇਰਾ ਓਪੀਨੀਅਨ ਹੈ ਜੀ ਕਿ ਜੋ ਸਰਕਾਰ ਨੇ ਸਰ ਜੋ ਕਾਨੂੰਨ ਬਣਾਏ ਆ, ਦੇਖੋ ਸਰਕਾਰ ਕੋਈ ਕਿਸਾਨਾਂ ਦੇ ਖਿਲਾਫ ਤਾਂ ਹੈ ਨਹੀਂ, ਕੋਈ ਕਾਨੂੰਨ ਨਹੀਂ ਬਣਾਊਗੀ। ਲੇਕਿਨ ਕਾਨੂੰਨ ਬਣਾਉਂਦੇ ਹੋਏ ਨਾ ਸਰ, ਉਹਨਾਂ ਨੇ ਇਹ ਗਰਾਊਂਡ ਰਿਐਲਿਟੀ ਤੇ ਪ੍ਰੈਕਟੀਕਲੀ ਨਹੀਂ ਸੋਚਿਆ ਕਿ ਇਹਨਾਂ ਦਾ ਇੰਪੈਕਟ ਫਾਰਮਰ ਤੇ ਕੀ ਪਊਗਾ ਸਰ। ਹੁਣ ਜਿਵੇਂ ਸਰ ਇਹਨਾਂ ਨੇ ਤਿੰਨ ਜੋ ਕਾਨੂੰਨ ਬਣਾਏ ਆ, ਹੈ ਨਾ, ਜੋ ਜਿਸਨੇ ਵੀ ਕਾਨੂੰਨ ਬਣਾਏ ਆ, ਇਹ 100% ਸਰ ਆਈ ਐਮ ਸ਼ਿਓਰ ਕਿ ਮੈਂ ਕਹਿ ਸਕਦਾ ਵੀ ਉਸਨੂੰ ਖੇਤੀ ਦੇ ਬਾਰੇ ਬਹੁਤ ਜ਼ਿਆਦਾ ਨੌਲੇਜ ਨਹੀਂ ਹੈ। ਬਿਕੋਜ਼ ਸਰ ਇੰਡੀਆ ਜਿਹੜਾ ਫਾਰਮਰ ਆ ਸਰ, 74% ਆਫ ਫਾਰਮਰ ਜਿਹੜਾ ਹੈਗਾ ਆ, ਉਹ ਸਰ 74% ਉਸਦੀ ਲੈਂਡ ਹੋਲਡਿੰਗ ਸਿਰਫ 5 ਏਕੜ ਦੇ ਕੋਲ ਆਸ ਪਾਸ ਹੈ ਸਰ। ਪਰ ਜਿਹੜੇ ਇਹ ਕਾਨੂੰਨ ਬਣਾਏ ਆ ਉਹ ਛੋਟੇ ਫਾਰਮਰ ਨੂੰ ਦੇਖ ਕੇ ਨਹੀਂ ਬਣਾਏ ਗਏ, ਉਹ ਜਾਂ ਤਾਂ ਉਹ ਕਿਸੇ ਤੋਂ ਇੰਸਪਾਇਰਡ ਆ ਕਿ ਕਿਸੇ ਤੋਂ ਬੜੀ ਕਿਸੇ ਫਰਮ ਨੂੰ ਕਿਸੇ ਨੂੰ ਫਾਇਦਾ ਕਰਨਾ ਆ, ਜੋ ਵੀ ਹੈ, ਮੈਂ ਜ਼ਿਆਦਾ ਉਸ ਪਰ ਡਿਸਕਸ ਨਹੀਂ ਕਰਨਾ ਚਾਹੁੰਦਾ। ਬਟ ਮੈਂ ਤੁਹਾਨੂੰ ਦੱਸਦਾ ਸਰ, ਜਿਹੜੇ ਤਿੰਨ ਕਾਨੂੰਨ ਆ, ਹਰਿਆਣੇ ਪੰਜਾਬ ਚ ਨਾ ਮੇਨ ਫਸਲ ਹੁੰਦੀ ਆ ਗੇਹੂੰ ਤੇ ਆਪਣਾ ਚਾਵਲ, ਰਾਈਸ ਤੇ ਵੀਟ। ਤੇ ਸਰ ਕੀ ਹੈ ਕਿ ਇਹਨਾਂ ਨੇ ਕਿਆ ਕਰਿਆ ਹੋਇਆ, ਜੋ ਅੱਜ ਕੱਲ੍ਹ ਤੱਕ ਪ੍ਰੋਸੀਜਰ ਚੱਲ ਰਿਹਾ ਕਿ APMC ਬਣੀ ਹੋਈ ਹੈ ਸਰ ਦੋਨੋਂ ਸਟੇਟਸ 'ਚ ਮੰਡੀਆਂ ਦੇ ਕੰਟਰੋਲ ਕਰਨ ਵਾਸਤੇ, ਉਸਦੀ ਫੁੱਲ ਫਾਰਮ ਹੈਗੀ ਐਗਰੀਕਲਚਰ ਪ੍ਰੋਡਿਊਸ ਮਾਰਕੀਟ ਕਮੇਟੀ। ਤੇ ਕੋਈ ਵੀ ਫਾਰਮਰ ਹੈ ਸਰ, ਉਹ ਮੰਡੀ 'ਚ ਜੀਰੀ ਜਾਂ ਕੰਪਨੀ ਕਣਕ ਲੈ ਕੇ ਜਾਂਦਾ, ਉਸਨੂੰ ਗੌਰਮੈਂਟ ਖਰੀਦ ਲੈਂਦੀ ਆ, ਹੈ ਨਾ, ਅਤੇ MSP ਉਸਨੂੰ ਦੇ ਦਿੰਦੀ ਆ। ਠੀਕ ਹੈ ਸਰ, ਇਹ ਪ੍ਰੋਸੀਜਰ ਚੱਲ ਰਿਹਾ ਅਤੇ ਕਿਸਾਨ ਵੀ ਸੇਫ ਹੈ। ਹੁਣ ਇਹਨਾਂ ਨੇ ਇਸ ਐਕਟ ਦੇ ਵਿੱਚ ਅਮੈਂਡ ਕੀ ਕੀਤਾ ਕਿ APMC ਤਾਂ ਖਤਮ ਹੋ ਗਈ ਬਿਲਕੁਲ ਸਰ, ਮੰਡੀ ਜਿਹੜਾ ਮਾਰਕੀਟਿੰਗ ਬੋਰਡ ਆ ਉਹ ਤਾਂ ਖਤਮ ਕਰਤਾ, ਤੇ ਹੁਣ ਤੁਸੀਂ ਆਪਣਾ ਯੂ ਆਰ ਫ੍ਰੀ, ਤੁਸੀਂ ਕਿਤੇ ਵੀ ਆਪਣੀ ਫਸਲ ਨੂੰ ਲਿਜਾ ਕੇ ਵੇਚ ਸਕਦੇ ਹੋ। ਹੁਣ ਸਰ ਗਰਾਊਂਡ ਰਿਐਲਿਟੀ ਇਹ ਆ ਕਿ ਇੱਕ ਕਿਸਾਨ ਦੇ ਕੋਲ ਜਦੋਂ ਉਸਦੀ ਫਸਲ ਵੱਢਦੀ ਆ, ਜਦੋਂ ਉਸਨੇ ਫਸਲ ਕੱਟਣੀ ਆ, ਕੰਬਾਈਨ ਚੱਲਦੀ ਆ ਉਸ ਕੋਲ ਇੱਕ ਟਰਾਲੀ ਹੁੰਦੀ ਆ, ਇੱਕ ਟਰਾਲੀ ਉਹ ਕਿਸੇ ਦੀ ਮੰਗ ਕੇ ਲੈ ਕੇ ਆਉਂਦਾ, ਉਸ ਕੋਲ ਕਿੰਨਾ ਕੁ ਟਾਈਮ ਹੈ ਕਿ ਆਪਣੀ ਫਸਲ ਨੂੰ ਲੈ ਕੇ ਉਹ ਕਿਸੇ ਹੋਰ ਸਟੇਟ ਵਿੱਚ ਚਲਾ ਜਾਊਗਾ? ਉਹਦੇ ਕੋਲ ਉਹਨਾਂ ਟਾਈਮ ਹੀ ਨਹੀਂ ਹੁੰਦਾ ਸਰ, ਨਾ ਉਸ ਕੋਲ ਇੰਨੇ ਸਾਧਨ ਆ। ਤਾਂ ਉਸਨੂੰ ਤਾਂ ਜਿਹੜੀ ਨੀਅਰੈਸਟ ਮੰਡੀ ਹੈ ਸਰ, ਜਿਹੜੀ ਉਸ ਤੋਂ 5-10 ਕਿਲੋਮੀਟਰ 10-12 ਕਿਲੋਮੀਟਰ ਜੋ ਹੈ, ਉਸੀ ਜੋ ਫਸਲ ਗੇਰ ਸਕਦਾ ਸਰ। ਇਹ ਜਿਹੜਾ ਕਾਨੂੰਨ ਬਣਾਇਆ, ਇਸਦਾ ਕੋਈ ਕਿਸਾਨ ਨੂੰ ਬੈਨੀਫਿਟ ਹੋਣਾ ਨਹੀਂ ਕਿ ਤੁਸੀਂ ਬਾਹਰ ਲਿਜਾ ਕੇ ਆਪਣੀ ਫਸਲ ਵੇਚ ਲਓ, ਕਿਉਂਕਿ ਬਾਹਰ ਵੀ ਇਹੀ ਰੇਟ ਹੈ। ਬਾਹਰ ਕਿਹੜਾ ਜ਼ਿਆਦਾ ਰੇਟ ਹੈ ਜੀ, MSP ਤੋਂ ਵੱਧ ਤਾਂ ਰੇਟ ਕਿਤੇ ਹੈ ਹੀ ਨਹੀਂ। ਤੇ ਦੂਸਰੀ, ਇਹਨਾਂ ਨੇ ਸਿਰਫ ਇਹ ਕਿਹਾ, ਐਕਚੁਅਲੀ ਇਸਦੇ ਪਿੱਛੇ ਰੀਜ਼ਨ ਜੋ ਮੈਨੂੰ ਲੱਗਦਾ ਉਹ ਕੀ ਆ ਕਿ ਸਰ ਪਿਛਲੇ ਕੁਝ ਸਾਲਾਂ ਤੋਂ ਨਾ ਬਫਰ ਸਟਾਕ ਇਹਨਾਂ ਕੋਲ ਇਕੱਠਾ ਹੋ ਗਿਆ, ਵੀਟ ਦਾ ਵੀ ਤੇ ਰਾਈਸ ਦਾ ਵੀ। ਠੀਕ ਹੈ ਸਰ, ਤੇ ਹੁਣ ਖਰੀਦਣਾ ਨਹੀਂ ਚਾਹੁੰਦੇ। FCI ਨੇ ਮਨਾ ਕਰਤਾ, ਮਾਰਕਫੈਡ ਨੇ ਮਨਾ ਕਰਤਾ ਵੀ ਸਾਡੇ ਕੋਲ ਬਫਰ ਸਟਾਕ ਹੈ 5 ਸਾਲ ਦਾ। ਹੁਣ ਗੌਰਮੈਂਟ ਪਰ ਇਹ ਬੋਝ ਬਣ ਗਿਆ ਵੀ ਉਹਨਾਂ ਦੀ ਕਿਸਾਨਾਂ ਦੀ ਫਸਲ ਨੂੰ ਖਰੀਦਣਾ ਪੈਂਦਾ ਗੌਰਮੈਂਟ ਨੂੰ MSP ਤੇ। ਤਾਂ ਕਿਸਾਨਾਂ ਦੇ ਬਚਣ ਵਾਸਤੇ ਇਸ ਨੂੰ ਕਰਤਾ ਵੀ ਚੱਲ ਤੁਸੀਂ ਜਿੱਥੇ ਮਰਜ਼ੀ ਵੇਚੋ ਯਾਰ, ਜੋ ਮਰਜ਼ੀ ਜਿਸ ਨੂੰ ਮਰਜ਼ੀ ਦਿਓ, ਅਸੀਂ ਫ੍ਰੀ ਹਾਂ। ਸਰਕਾਰ ਤੇ ਬਰਡਨ ਨਹੀਂ ਪਾਊਗਾ, ਮਤਲਬ ਸਰਕਾਰ ਆਪਣੇ ਉੱਪਰ ਬਰਡਨ ਨਹੀਂ ਪਾਉਣਾ ਚਾਹੁੰਦੀ ਕਿ ਹਾਂਜੀ ਵੀ ਅਸੀਂ ਇਹ ਖਰੀਦ ਕੇ ਕਿਸੇ ਨੂੰ ਸਟੋਰ ਕਰੀਏ, ਉਸ ਪਰ ਖਰਚਾ ਕਰੀਏ, ਇਹ ਕਰੀਏ ਵੋ ਕਰੀਏ। ਉਹਨੂੰ ਬਚਣ ਵਾਸਤੇ ਗੌਰਮੈਂਟ ਕਿਸਾਨ ਨੂੰ ਫ੍ਰੀ ਕਰਦਾ, ਜਿੱਥੇ ਮਰਜ਼ੀ ਵੇਚ ਲਓ। ਕਿਸਾਨ ਕਿੱਥੇ ਵੇਚੂਗਾ ਸਰ, ਕਿਸਾਨ ਕੋਲ ਜਗ੍ਹਾ ਹੀ ਨਹੀਂ ਇਹ ਵੇਚਣ ਨੂੰ ਮੰਡੀ ਤੋਂ ਇਲਾਵਾ।
मार्केट इंट्रोड्यूस हुई पिछले 10 साल पहला इतनी ज्यादा इसकी डिमांड हुई अरब कंट्री सर इसका जो चावल शुगर फ्री चावल से ते बहुत लोगों ने उत्थे जी खरीदया अरब कंट्रीज सी सबनों पता है इस गल दा ते उरे ट्रेडर्स इकट्ठे हो गए जी कोई अमृतसर दा कोई जलंधर दा कोई करनाल दा कोई किते दा उन्होंने बड़ी खरीद करी कि इस तो सर आड़तियां तो मंडी चो एपी एमसी दे अंडर खरीद करी बड़ा सर इंपोर्टेंट पॉइंट आए ते उन्होंने जी बाहर बेचना शुरू करता साडा 11-21 बासमती बाहर बेचना शुरू करता हुण जिमीदारां दा आड़ती नूं फसल बेची आड़ती तो पैसे लेके अपने घर नूं चला गया ठीक है सर वो क्या होया कि वो जो ट्रेडर से उन्होंने पर कंट्रोल तो किसी का है ही नहीं उन्होंने उसके अंदर मिलावट करनी शुरू कर दी सर फॉरन एन एग्जाम्पल सर पता ही करते सी कट्टा खड़ा करके ना चावल जिसे भरया उस पाइप खड़ा कर लिया सर है ना वो पाइप के दूसरा चावल पाया पाइप बाहर कट लिया सर वो दो एक दो साल चलिया काम उन्होंने फड़ लिया उन्होंने वो साड़ी बंद करती साडा एक्सपोर्ट टोटली बंद हो गया सर इंडिया का वो जो प्राइस 5000 तक पहुंच गए सी बासमती दे वो आके फिर 3000 आ गए हुण 2500 इस साल सर उस पर ना कंट्रोल किसी ने गवर्नमेंट ने करया नहीं सर हुण अज तक भी आड़तियां दे पैसे अज तक भी मंडी च आड़तियां दे पैसे ड्यू है जी उन्हां 10-10 साल दे पुराने उन ट्रेडर्स दे वल जो कि नहीं दे रहे हो पैसे लेकिन किसान तो अपना सिक्योर है ना वो लेके चला गया ते सर अगर ये कहेंगे भी प्राइवेट नूं खरीदो सानूं पैसे कौन दऊगा सर किसान नूं पैसे कौन दऊगा किसे जावांगे असीं सर जे आड़ती कोल तां चले चले भी जाऊगा बंदा भी चलो मेरे पैसे दे भाई मैनूं लोड़ आ ओह एमरजेंसी समझ के दे भी दऊगा जे किसी कोई गुजरात की कंपनी आ गई कोई बॉम्बे की कंपनी आ गई किसान कितने जाऊगा सर उसको पैसे मंगना उस तरह अपने घर तो बाहर किवें जाऊगा सर ये फिजिबल नहीं है जिहड़ा इन्होंने इस अमेंडमेंट करी आ ये मतलब मेरे ओपीनियन नाले मंडी बोर्ड नहीं तोड़ना चाहिए सर जिहड़ा सैकेंड है सर मैं थोड़ा तीनों सर एक बार ब्रीफली दस दिता उस तो बाद जो क्वेश्चन होने कोई चक्कर नहीं सर जो सैकेंड है सर वो है द फार्मर प्रोड्यूस ट्रेड एंड कॉमर्स एक्ट 2020 हूँ उस सर क्या चक्कर है कि वह कहें जी कॉन्ट्रैक्ट फार्मिंग कर लो तुम यू आर फ्री टू डू कॉन्ट्रैक्ट फार्मिंग हूँ कॉन्ट्रैक्ट फार्मिंग से सर देखो मेरी गल सुनो हूँ मैं एक एग्जाम्पल दिना थोड़ा पंजाब के अंदर पैप्सीको आई सी सर पैप्सीको ने आलू लवाया जलंधर एरिए बहुत ज्यादा सर पहले साल लवाया खरीद लिया सर अगले साल होर जिमीदार जुड़ गए भी चलो ज्यादा पैसे लग रहे हैं जुड़ूंगे जी अगले साल सर उन्होंने एक कड़ा ले आए जी अपना कहते जी कड़े चो जो आलू निकलूगा उ लवेंगे होर नहीं लेना असं प्राइवेट गन्ना मिल्स है तीन तीन साल हरियाणे च पंजाब च पैसा नहीं दिंदियां किसान दा प्राइवेट नूं बेच के किसान कीवें बचूगा सर मैनूं इह दस्सो जी कॉन्ट्रैक्ट फार्मिंग असीं कर भी लईए जिमीदारी कर भी लवे किसी कंपनी आई तुसीं जी इह करो तुसीं फलावर्स बीज लो उसदे साडे कोल इंप्लीमेंट्स नहीं है पहली गल तां उह खरीदने पैणे जिमीदार नूं सर हथियार कम आ गए अपने बॉर्डर ते जाके नहीं बना सकता सर उसनू ही हैज टू चेंज ऑल हिज मशीनरीज इस तरह जिमीदार नू भी सर कोई डाइवर्सिफिकेशन वास्ते कोई एम नहीं है भी एकदम से डाइवर्सिफिकेशन हो जाऊगी उसे इंप्लीमेंट्स भी चाहिए है उसके रिगार्डिंग लेबर भी चाहिए उसके रिगार्डिंग नॉलेज भी चाहिए है दवाइया की नॉलेज भी चाहिए है सर किसान तो सर पहले ही दुकानदारा के डिपेंडेंट है दुकान को जाते हैं जी दवाई दे देता दुकानदार चक के अपने खेत में गिर देंगे सर तो उन्होंने होर बेचारे परेशानी आजगी जे ये चीज़ आ गई तो कॉन्ट्रैक्ट फार्मिंग का सर साडे बिल्कुल भी दूसरा डर लोगों को यह है जो खैर एक्ट में नहीं लिखा होया कि जी वो साडी जमीनों हथिया लेंगे उसका सर कारण पता की आ उसका कारण यह है कि कोई भी साडे नाल एग्रीमेंट करूगा 10 साल का उसका सर पिछे बेसिक उसका यह है भी हूँ मेरे नाल किसी कंपनी ने 10 साल का एग्रीमेंट कर लिया हूँ मैं तो उस नाल 10 साल बाउंड हो गया सर वो मेरे नाल बाउंड नहीं है कल ना आवे मैं उसके पिछे कितने जाऊंगा सर मैं तो उस नाल 10 साल वास्ते भी हो गया मैं कि होर कंपनी को नहीं जा सकता पर सरकार ते सरकार ते कह रही है कि जे 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 कोई कंप्लेन करनी एसडीएम को जाओ फलाने को जाओ सेक्शन 12 भी कहता अभी तुसी पहला ना आर्बिट्रेटर बुला लो सेक्शन 13 कहता अभी तुसी ऐ करो भी एक एसडीएम को चले जाओ सर हुण सर मैं इस गल पर कहना नहीं चाहता सर एसडीएम को एडी एडी बड़ी बड़ी कंपनी वाले इन्ने अमीर बंदे हैं वो एसडीएम उन्होंने अगे की चीज है सर यार जी सिविल कोर्ट की पावर भी नहीं दी सर चलो कोर्ट की पावर भी दे देना सर उस किथे किसान अपने लड़दा रहूगा हकों वास्ते पहले ही कर्जदार है सर वो तां जी किसान तां पहले ही बहुत वड्डा कर्जदार है सर
ਉਹ ਨਹੀਂ ਇਸ ਚੀਜ਼ ਲੜਾਈ ਲੜ ਸਕਦਾ, ਉਹ ਤਾਂ ਆਪਣੇ ਖੇਤ ਵਿੱਚ ਆਪਣਾ ਕੰਮ ਕਰਕੇ ਗੁਜ਼ਾਰਾ ਕਰ ਲਵੇ, ਇਹੀ ਬਹੁਤ ਆ ਸਰ। ਉਸ ਪਰ ਬਰਡਨਸ ਆਲਰੇਡੀ ਬਹੁਤ ਆ ਸਰ, ਪਹਿਲੀ ਫਸਲ ਕੱਟਦੇ ਹਾਂ ਨਾਲ ਦੀ ਨਾਲ ਦੂਸਰੀ ਬੀਜਣੀ ਪੈਂਦੀ ਹੈ ਸਰ। ਉਸ ਵਾਸਤੇ ਵੀ ਸਾਨੂੰ ਅਸੈਂਸ਼ੀਅਲ ਪੈਸਾ ਵੀ ਚਾਹੀਦਾ, ਸਮਾਨ ਵੀ ਚਾਹੀਦਾ, ਮਸ਼ੀਨਾਂ ਵੀ ਚਾਹੀਦੀਆਂ, ਖਾਦ ਵੀ ਚਾਹੀਦਾ ਸਰ। ਤੇ ਉਸ ਕੋਲ ਇੰਨਾ ਟਾਈਮ ਨਹੀਂ ਹੈ ਕਿ ਉਹ ਆਪਣੀ ਲੜਾਈ ਲੜੇ, ਪਹਿਲਾਂ ਜਾ ਕੇ ਮੈਨੂੰ ਪੈਸੇ ਨਹੀਂ ਦੇ, ਮੇਰਾ ਕੰਟਰੈਕਟ ਟੁੱਟ ਗਿਆ। ਉਸਨੂੰ ਕੀ ਲੋੜ ਆ ਸਰ, ਜੋ ਸਿਸਟਮ ਚੱਲ ਰਿਹਾ ਉਹ ਉਸ 'ਚ ਖੁਸ਼ ਆ। ਥਰਡ ਸਰ, ਜਿਹੜਾ ਇਹ ਜਿਹੜਾ ਕੰਟਰੈਕਟ ਫਾਰਮਿੰਗ ਵਾਲਾ ਤਾਂ ਟੋਟਲੀ ਸਰ ਲੱਗਦਾ ਨਹੀਂ ਕਿ ਇਸਦਾ ਕਿਸੇ ਨੂੰ ਕਿਸਾਨ ਨੂੰ ਫਾਇਦਾ ਹੋਊਗਾ ਸਰ। ਅਨਲੈਸ ਔਰ ਅੰਟਿਲ ਕੋਈ ਬਹੁਤ ਵੱਡਾ ਫਾਰਮਰ ਹੋਵੇ, 500 ਕਿੱਲੇ ਵਾਲਾ, 400 ਕਿੱਲੇ ਵਾਲਾ, ਸ਼ਾਇਦ ਉਸਨੂੰ ਹੋ ਸਕਦਾ ਸਰ। ਜਿਹੜਾ ਥਰਡ ਹੈ ਸਰ, ਦਾ ਅਸੈਂਸ਼ੀਅਲ ਕਮੋਡਿਟੀਜ਼ ਐਕਟ ਹੈ ਸਰ, 1955 'ਚ ਬਣਿਆ ਸੀਗਾ ਸਰ, ਅਮੈਂਡ ਕਰਤਾ ਇਹਨਾਂ ਨੇ ਹੁਣ। ਹੁਣ ਉਹ ਸਰ, ਉਹ ਤਾਂ ਪਹਿਲਾਂ ਵੀ ਬਣਿਆ ਹੋਇਆ ਐਕਟ ਹੈ ਕਿ ਜਿਹੜੇ ਤੁਹਾਡੇ ਲਾਈਫ ਸਟੋਕਸ ਹੈ ਨਾ, ਉਹਨਾਂ ਨੂੰ ਤੁਸੀਂ ਜ਼ਿਆਦਾ ਦੇਰ ਸਟੋਰ ਨਹੀਂ ਕਰ ਸਕਦੇ, ਆਲੂ, ਪਿਆਜ਼, ਜਿਹੜਾ ਵੀ ਸਬਜ਼ੀਆਂ। ਤਾਂ ਉਸਦਾ ਸਰ ਕਿਹਾ ਸੀਗਾ ਕਿ ਮਾਰਕੀਟ ਵਿੱਚ ਕਿਸਾਨ ਨੂੰ ਪਹਿਲਾਂ ਵੀ ਪ੍ਰਾਈਸ ਨਹੀਂ ਮਿਲਦੀ ਸੀ, ਇਹ ਵੀ ਗੱਲ ਰਿਐਲਿਟੀ ਆ। ਪਰ ਚਲੋ, ਇੱਕ ਜਿਹੜੇ ਆਮ ਲੋਕ ਆ, ਹੁਣ ਜਿਵੇਂ ਆਲੂ ਸਰ ਅੱਜ ਕੱਲ੍ਹ ਪੱਟ ਰਹੇ ਹਾਂ, ਆਲੂ ਪੱਟ ਰਹੇ ਆ, ਤਾਂ ਆਲੂ ਦੀ ਕੀਮਤ ਘੱਟ ਹੋ ਗਈ, ਮਾਰਕੀਟ ਵਿੱਚ ਆ ਗਿਆ। ਜਦੋਂ ਇਹ ਲਾਗੂ ਹੋ ਗਿਆ ਸਰ ਵੀ ਤੁਸੀਂ ਜਿੰਨਾ ਮਰਜ਼ੀ ਸਟੋਕ ਕਰ ਸਕਦੇ ਹੋ ਅਨਲਿਮਿਟਿਡ ਟਾਈਮ ਪਰ ਕਿਸੇ ਵੀ ਚੀਜ਼ ਦਾ, ਤਾਂ ਸਟੋਕਿਸਟ ਨਹੀਂ ਕਰਨਾ ਸਰ, ਜ਼ਿਮੀਦਾਰ ਤਾਂ ਨਹੀਂ ਸਟੋਰ ਕਰ ਸਕਦਾ ਸਰ। ਜ਼ਿਮੀਦਾਰ ਕੋਲ ਕਿੱਥੇ ਪਾਵਰ ਹੈ, ਉਸ ਕੋਲ ਤਾਂ ਪਹਿਲੀ ਗੱਲ ਤਾਂ ਜਗ੍ਹਾ ਹੀ ਨਹੀਂ ਹੈ, ਕੋਲਡ ਸਟੋਰੇਜ ਹੀ ਨਹੀਂ ਹੈ, ਕਿ ਜੇ ਹੈ ਤਾਂ ਉਸਦਾ ਕਿਰਾਇਆ ਕੌਣ ਦਊਗਾ ਸਰ। ਉਹ ਆਪਣੀ ਫਸਲ ਨੂੰ ਨਹੀਂ ਸਟੋਰ ਕਰ ਸਕਦਾ, ਉਸ ਕੋਲ ਪਾਵਰ ਹੀ ਨਹੀਂ ਹੈ ਇੰਨੀ, ਨਾ ਉਸ ਕੋਲ ਕੈਪੇਬਿਲਿਟੀ ਹੈ ਇੰਨੀ ਕਿ ਉਹ ਆਪਣੇ ਸਟੋਰ ਕਰਕੇ, ਇੰਨਾ ਪੈਸਾ ਨਹੀਂ ਹੈ ਉਸ ਕੋਲ ਵੀ ਉਹ ਆਪਣੇ ਅੱਗੇ ਮੈਨੇਜ ਕਰ ਲਵੇ। ਤੇ ਮੇਰੇ ਕਹਿਣ ਦਾ ਮਤਲਬ ਇਹ ਸਰ, ਇਹ ਵੀ ਹੁਣ ਇਸ ਨਾਲ ਕੀ ਇੰਪੈਕਟ ਪਊਗਾ ਕਿ ਜ਼ਿਮੀਦਾਰ ਦੀ ਫਸਲ ਦਾ ਤਾਂ ਉਹੀ ਰੇਟ ਰਹਿਣਾ, ਉਸ ਤੋਂ ਵੀ ਡਾਊਨ ਹੋ ਜਾਊਗਾ। ਈਵਨ ਕਿ ਜਿਹੜੀ ਆਮ ਪਬਲਿਕ ਹੈ ਉਸਨੂੰ ਵੀ, ਜਿਹੜੀ ਕੁਛ ਟਾਈਮ ਵਾਸਤੇ, ਜਿਵੇਂ ਸਰ ਜਿਹੜੀ ਫਸਲ ਆ ਨਾ, ਉਹ ਹਿਮਾਚਲ 'ਚ ਕਿਸ ਟਾਈਮ ਆਉਂਦੀ ਆ, ਆਲੂ ਗੋਭੀ ਕਿਤੇ ਕਿਸ ਟਾਈਮ ਆਉਂਦੀ ਆ, ਹਰਿਆਣੇ 'ਚ ਕਿਸ ਟਾਈਮ ਆਉਂਦੀ ਆ, ਅੱਗੇ MP ਕਿੰਨੀ ਚਲੇ ਜਾਓ, ਉਹਨਾਂ ਟਾਈਮ ਡਿਫਰੈਂਟ ਆ। ਤੇ ਉਹ ਪੂਰੇ ਦੇਸ਼ ਨੂੰ ਅਵੇਲੇਬਲ ਕਰਾ ਦਿੰਦੇ ਆ ਵੀ ਉਹ ਕੁਛ ਟਾਈਮ ਰਹਿੰਦਾ ਜਿਸ 'ਚ ਕੋਈ ਫਸਲ ਨਹੀਂ ਹੁੰਦੀ, ਉਸ 'ਚ ਹਾਈਲੀ ਪ੍ਰਾਈਸ ਹੋ ਜਾਂਦਾ ਜਿਹੜੇ ਸਟੋਕ ਆਲਰੇਡੀ ਕਰਿਆ ਹੋਇਆ ਹੁੰਦਾ ਸਰ। ਪਰ ਉਹ ਚੀਜ਼ ਵੀ ਹੁਣ ਖਤਮ ਹੋ ਜੂਗੀ, ਉਹਦਾ ਪੂਰਾ ਸਾਲ ਇੱਕੋ ਚੀਜ਼ ਹੋ ਗਈ, ਸਟੋਕ ਕਰ ਲਿਆ, ਰੇਟ ਵੱਧ ਗਿਆ ਤਾਂ ਬੇਚਤੀ, ਨਹੀਂ ਤਾਂ ਠੀਕ ਹੈ। ਹੁਣ ਜੇ 100 ਰੁਪਏ ਕਿਲੋ ਗਏ ਪਿਆਜ਼, ਤਾਂ ਵੀ ਲੋਕਾਂ ਨੇ ਖਾਇਆ ਸਰ, 20 ਰੁਪਏ ਕਿਲੋ ਤਾਂ ਵੀ ਖਾ ਰਹੇ ਹਾਂ, ਲੋਕਾਂ ਨੇ ਖਾਣਾ ਤਾਂ ਹੈ ਹੀ ਹੈ, ਖਾਣਾ ਤਾਂ ਸਰ ਇੱਕ ਅਸੈਂਸ਼ੀਅਲ ਚੀਜ਼ ਆ। ਹੁਣ ਸਰ ਇਹ ਚੀਜ਼ ਹੈ, ਤਿੰਨੋਂ ਜਿਹੜੇ ਐਕਟਾਂ ਇਹ ਸਰ ਕਿਸ ਕਾਨੂੰਨ ਦੇ ਵਿੱਚ, ਇਸ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਆ, ਇੱਕ ਤਾਂ MSP ਦੀ ਪ੍ਰੋਬਲਮ ਹੈ, ਜੋ ਮਿਨੀਮਮ ਸਪੋਰਟ ਪ੍ਰਾਈਸ ਜੋ ਗੌਰਮੈਂਟ ਨੇ ਦੇ ਬਾਰੇ ਇਸ ਵਿੱਚ ਕੁਛ ਨਹੀਂ ਲਿਖਿਆ ਸਰ। ਕਿਸਾਨਾਂ ਨੂੰ ਡਰ ਇਹ ਆ, ਜੋ ਮੇਨ ਡਰ ਹੈ ਜੀ, ਕਿ ਕੱਲ ਨੂੰ ਇਹ ਜਦੋਂ ਲਾਗੂ ਹੋ ਗਏ, ਲਾਗੂ ਤਾਂ ਆਲਰੇਡੀ ਹੋ ਗਏ, ਜੇ ਹੋਰ ਇਸਦੇ ਉੱਪਰ ਕੰਮ ਚੱਲ ਗਿਆ ਤੇ ਕਿਸਾਨ ਦੀ ਫਸਲ ਨੂੰ ਮੰਡੀ 'ਚ ਕਿਸੇ ਨੇ ਨਹੀਂ ਲੈਣਾ ਸਰ। ਇਹ ਸਰ ਸਾਨੂੰ ਵੀ ਲੱਗ ਰਿਹਾ, ਵੀ ਕੈਨ ਪ੍ਰੈਡਿਕਟ ਕਿ ਇਹ ਚੀਜ਼ ਹੋਊਗੀ, ਕਿ ਕਿਸਾਨ ਦੀ ਫਸਲ ਨੂੰ ਕਿਸੇ ਨੇ ਪੁੱਛਣਾ ਨਹੀਂ, ਕਿ ਉਹ ਫਿਰ ਕਿਸੇ ਆਉਣੇ ਪੌਣੇ ਦਾਮ ਪਰ ਕਿਤੇ ਵੇਚੇ, ਕੋਈ ਖਰੀਦੇ ਨਾ ਖਰੀਦੇ, ਕੋਈ ਉਸਨੂੰ ਪੈਸਾ ਦੇਵੇ ਨਾ ਦੇਵੇ, ਕੋਈ ਉਸਦੇ ਵਿੱਚ ਕੋਈ ਉਹ ਹੈ ਨਹੀਂ। ਜੇ ਸਰ ਮੇਰੇ ਵੱਲੋਂ ਪੁੱਛੋ, ਹੈ ਨਾ, ਹੁਣ ਸਰ ਜਿਹੜਾ ਮੈਂ ਇਸਦੇ ਉੱਪਰ ਥੋੜ੍ਹਾ ਜਿਹਾ ਦੁਬਾਰਾ ਚਰਚਾ ਕਰਨਾ ਚਾਹੁੰਦਾ, ਜਿਹੜਾ ਇਹਨਾਂ ਨੇ ਕਿਹਾ ਵੀ ਤੁਸੀਂ ਜਿਸ ਮਰਜ਼ੀ ਨੂੰ ਆਪਣੀ ਫਸਲ ਵੇਚੋ, ਯੂ ਆਰ ਫਰੀ ਟੂ ਸੇ, ਤਾਂ ਗੌਰਮੈਂਟ ਨੂੰ ਇੰਨੀ ਕਿਆ ਮਜਬੂਰੀ ਆ ਕਿ ਉਹ ਆਪਣੇ ਆਪ ਨੂੰ ਇਸ ਤੋਂ ਬਾਹਰ ਕਰਨਾ ਚਾਹ ਰਹੀ ਆ। ਉਹ ਆਪਣੇ ਥਰੂ ਵੇਚੇ, ਆਪਣੇ ਥਰੂ ਵੇਚੇ ਕਿਸੇ ਪ੍ਰਾਈਵੇਟ ਬੰਦੇ ਨੂੰ ਸਰ, ਆਪਣੇ ਥਰੂ ਵੇਚੇ ਨਾ, ਗੌਰਮੈਂਟ ਕੋਲ ਤਾਂ ਇੰਨੀ ਪਾਵਰ ਹੈ, ਉਹ ਤਾਂ ਬੰਬੇ ਤੋਂ ਵੀ ਚੱਕ ਲਊਗੀ ਬੰਦੇ ਨੂੰ, ਆਪਣੇ ਥਰੂ ਵੇਚੇ ਕੁਛ ਪੈਸੇ ਜਿਹੜਾ ਉਸਦਾ ਖਰਚਾ ਹੈ ਗੌਰਮੈਂਟ ਦਾ, ਉਹ ਕੁਛ ਪੈਸੇ ਜ਼ਿਮੀਦਾਰ ਤੋਂ ਲੈ ਲਵੇ, ਕੋਈ ਪ੍ਰੋਬਲਮ ਨਹੀਂ ਜ਼ਿਮੀਦਾਰ ਨੂੰ ਸਰ, ਕੁਛ ਪੈਸੇ ਲੈ ਲਵੇ ਉਹ ਜਿਹੜੇ ਬਾਇਰ ਤੋਂ ਲੈ ਲਵੇ, ਹੈ ਨਾ, ਜਿਹੜਾ ਆਪਣੇ ਉਹ ਕਰਦੇ ਆ ਉਹਨਾਂ ਤੋਂ ਲੈ ਲਵੇ, ਤੇ ਉਹਦਾ ਸੌਟ ਹੋ ਗਿਆ, ਕਿਸਾਨ ਦੇ ਪੈਸੇ ਸੇਵ ਹੋ ਗਏ, ਗੌਰਮੈਂਟ ਨੇ ਪੈਸੇ ਕਿਸਾਨ ਨੂੰ ਦੇ ਦੇਣੇ, ਉਹਨਾਂ ਤੋਂ ਲੈ ਲੈਣੇ ਆ। ਪਿਛੋਂ ਮੀਡੀਓਕਰ ਹੋਣਾ ਤਾਂ ਇੱਕ ਬਹੁਤ ਜ਼ਰੂਰੀ ਹੈ ਸਰ, ਬਹੁਤ ਜ਼ਰੂਰੀ। ਹੁਣ ਸਰ ਜੋ ਇਸਦੇ ਪਿੱਛੇ ਬੇਸਿਕ, ਮੈਂ ਇੱਕ ਦਿਨ ਮੇਰੀ ਬਹਿਸ ਹੋ ਰਹੀ ਸੀ, ਉਹ ਕਹਿੰਦੇ ਜੀ ਵੀ ਜਿਹੜੇ ਤੁਹਾਡੇ ਆੜ੍ਹਤੀ ਆ ਨਾ, ਉਹ ਕਿਸਾਨਾਂ ਨੂੰ ਲੁੱਟਦੇ ਆ ਬਹੁਤ ਜ਼ਿਆਦਾ, ਇਸ ਕਰਕੇ ਅਸੀਂ ਇਹ ਕਾਨੂੰਨ ਬਣਾਇਆ ਕਿ ਆੜ੍ਹਤੀਆਂ ਦੇ ਚੁੰਗਲ ਚੋਂ ਛੁਟਵਾਉਣ ਵਾਸਤੇ ਤੁਹਾਡੇ ਵਾਸਤੇ ਕਾਨੂੰਨ ਬਣਾਇਆ ਜ਼ਿਮੀਦਾਰਾਂ ਵਾਸਤੇ। ਹੁਣ ਸਰ ਮੇਰੀ ਗੱਲ ਸੁਣੋ, ਚਲੋ ਪਹਿਲੀ ਗੱਲ ਤਾਂ ਇਹ ਗੱਲ, ਅੱਜ ਕੱਲ੍ਹ ਤਾਂ ਸਭ ਪੜ੍ਹੇ ਲਿਖਿਆ ਸੀ ਗੱਲ, ਉਹ ਹੈ ਨਹੀਂ। ਮੈਂ ਉਹਨਾਂ ਨੂੰ ਬੜਾ ਸਿੰਪਲ ਜਿਹਾ ਸੋਲੂਸ਼ਨ ਦੱਸਿਆ ਸਰ, ਜੋ ਬੜਾ ਹੀ ਸਿੰਪਲ ਆ। ਮੈਂ ਕਿਹਾ ਦੇਖੋ, ਹੁਣ ਤੁਸੀਂ ਕਹਿੰਦੇ ਹੋ ਵੀ ਆੜ੍ਹਤੀ ਲੋਕਾਂ ਤੋਂ ਪੈਸੇ ਲਿਖਦੇ ਆ, ਦਿੰਦੇ ਆ 40,000 ਜ਼ਿਮੀਦਾਰ ਨੂੰ, ਜ਼ਿਮੀਦਾਰ ਅਨਪੜ੍ਹ ਆ, ਲਿਖਤੇ 80,000 ਜਾਂ 60,000, ਬਾਅਦ ਚੋਂ ਹਿਸਾਬ ਕਰਿਆ ਤੇਰੇ 5 ਲੱਖ ਹੋ ਗਏ, ਤੇਰੇ 6 ਲੱਖ ਹੋ ਗਏ, ਇਹੀ ਗੱਲ ਹੈ ਨਾ, ਜਾਂ ਵਿਆਜ ਜ਼ਿਆਦਾ ਲਾ ਲਿਆ, 3% ਲਾ ਲਿਆ, 2% ਲਾ ਲਿਆ। ਮੈਂ ਕਿਹਾ ਕਾਨੂੰਨ ਬਣਾਓ ਕਿ ਆੜ੍ਹਤੀ 12% ਪਰ ਐਨਮ, 1% ਜੋ ਬਣਦਾ ਸਰ ਉਹ ਬੈਂਕ ਵੀ ਲੈ ਰਹੇ ਆ ਸਾਡੇ ਤੋਂ, ਜੋ ਬੈਂਕ ਦੀ ਲਿਮਿਟਾਂ ਬਣੀ ਹੋਈਆਂ ਕਿਸਾਨਾਂ ਦੀਆਂ, ਲੋਨ ਲੈ ਰੱਖਿਆ ਉਹਨਾਂ ਪਰ ਵੀ 1% ਜ਼ਿਮੀਦਾਰ ਦੇ ਰਿਹਾ ਬੈਂਕ ਨੂੰ, ਸਾਡੀ KCC ਲਿਮਿਟਸ ਬਣੀ ਹੋਈ ਹੈ ਜੀ, ਕ੍ਰਿਸ਼ੀ ਕਾਰਡ ਜਿਹਨਾਂ ਨੂੰ ਕਹਿੰਦੇ ਆ, ਤੇ ਉਹ ਅਸੀਂ ਉਹ ਉਹਨਾਂ ਪਰ 1% ਦੇ ਰਹੇ ਹਾਂ, ਅਸੀਂ ਆੜ੍ਹਤੀ ਨੂੰ 1% ਦੇਵਾਂਗੇ, ਜੇ ਆੜ੍ਹਤੀ ਜ਼ਿਆਦਾ ਮੰਗਦਾ ਤਾਂ ਕੋਰਟ ਵਿੱਚ ਚਲੇ ਜਾਓ, ਉਹ ਨਹੀਂ ਲੈ ਸਕਦਾ। ਇਹਦਾ ਸੋਲਿਊਸ਼ਨ ਵਿਆਜ ਦਾ ਹੋ ਗਿਆ। ਜਿਹੜਾ ਪੈਸੇ ਦਾ ਸੋਲਿਊਸ਼ਨ, ਆੜ੍ਹਤੀ ਨੂੰ ਕਹੋ ਵੀ ਜਿਹੜਾ ਤੂੰ ਕੈਸ਼ ਪੈਸਾ ਦੇਣਾ ਹੀ ਨਹੀਂ ਜ਼ਿਮੀਦਾਰ ਨੂੰ, ਉਸਦੇ ਅਕਾਊਂਟ ਖੁੱਲੇ ਹੋਏ ਆ, ਉਸਦੇ ਅਕਾਊਂਟ 'ਚ ਟ੍ਰਾਂਸਫਰ ਕਰ,
ਉਹ ਕਹਿੰਦੇ ਚਲ ਠੀਕ ਹੈ ਵੀ ਤੇਰਾ ਅਕਾਊਂਟ ਨੰਬਰ ਮੇਰੇ ਕੋਲ ਹੈ ਮੈਂ ਪਾ ਰਿਹਾ 5 ਮਿੰਟ ਦਾ ਕੰਮ ਹੈ ਸਰ ਅੱਜ ਕੱਲ ਆਨਲਾਈਨ ਬੈਂਕਿੰਗ ਆ ਤੇ ਉਸਦੇ ਅਕਾਊਂਟ 'ਚ ਪੈ ਗਏ ਇਨ ਕੇਸ ਜੇ ਰਾਤ ਨੂੰ ਕੋਈ ਐਮਰਜੈਂਸੀ ਪੈ ਗਈ ਮੰਨ ਲਓ 20,000 ਦੀ ਲੋੜ ਪੈ ਗਈ ਰਾਤ ਨੂੰ ਬੈਂਕ ਨਹੀਂ ਖੁੱਲਾ ਤਾਂ 8 ਦਿਨ ਕੈਸ਼ ਦੇ ਵੀ ਰਹੇ ਅਗਲੇ ਦਿਨ ਉਸਦੇ ਅਕਾਊਂਟ 'ਚ ਪਾ ਕੇ ਉਸ ਤੋਂ ਵਾਪਸ ਲੈ ਲਵੇ ਜਾਂ ਸਰ ਛੋਟੀ ਮੋਟੀ ਐਂਟਰੀ ਤਾਂ ਬੰਦਾ ਵੈਸੇ ਵੀ ਨੋਟ ਕਰ ਸਕਦਾ ਇਹ ਕੋਈ ਬਹੁਤ ਵੱਡਾ ਪ੍ਰੋਬਲਮ ਨਹੀਂ ਹੈ ਕਿ 8 ਦਿਨ ਨੂੰ ਖਾਰਿਆ ਉਹ ਟ੍ਰਾਂਜੈਕਸ਼ਨ ਤੁਹਾਡੇ ਕੋਲ ਆਲਰੇਡੀ ਹੈ ਬੈਂਕ ਵਾਲੇ ਨੂੰ ਵੀ ਕਹਿ ਦਿਓ ਤੁਸੀਂ ਮੇਰੇ ਕੈਲਕੂਲੇਟ ਕਰਦੇ ਯਾਰ ਕਿੰਨੀ ਮੇਰੇ ਪੈਸੇ ਮੇਰੇ ਤੋਂ 8 ਦਿਨ ਤੋਂ ਆਏ ਆ ਕਿੰਨੀ ਟ੍ਰਾਂਜੈਕਸ਼ਨ ਆਈ ਤੁਹਾਡੇ ਕੋਲ ਆ ਜਾਣਗੀਆਂ ਤਾਂ ਉਸ ਵੀ ਤਾਂ ਕੋਈ ਰੌਲਾ ਹੀ ਨਹੀਂ ਹੈ 8 ਦਿਨ ਦਾ ਹੋਣਾ ਸਰ ਬਹੁਤ ਜ਼ਰੂਰੀ ਆ ਉਹ ਇੱਕ ਇਹਨੇ ਬੀਜੇਪੀ ਵਾਲਿਆਂ ਦੇ ਲੀਡਰ ਵਾਲਿਆਂ ਨੇ ਵੀ ਇੱਕ ਅਨਾਊਂਸਮੈਂਟ ਕੀਤੀ ਸੀ ਬਾਕੀ ਪਾਰਟੀਆਂ ਵੀ ਸਾਰੀ ਕਹਿ ਰਹੀਆਂ ਚਲੋ ਮੈਂ ਰਾਜਨੀਤਿਕ ਗੱਲ ਨਹੀਂ ਕਰਨੀ ਕਿ ਏਟੀਐਮ ਹੈ ਜੀ ਇਹ 8 ਦਿਨ ਦਾ ਕਿਸਾਨ ਦਾ ਏਟੀਐਮ ਆ ਇਹ ਯੂਜ਼ ਕਰਦੇ ਪਰਸਨਲ ਭਰੋਸਾ ਬਿਲਕੁਲ ਸਰ ਬਿਲਕੁਲ ਜੀ ਮੁਜ਼ਾਹਰਾ ਹੋ ਰਿਹਾ ਦਿੱਲੀ ਕੁੰਡਲੀ ਬਾਰਡਰ ਤੇ ਹੋ ਰਿਹਾ ਜਿਹੜੇ ਅੰਦਰ ਪਹੁੰਚ ਕੇ ਦਿੱਲੀ ਇਹ ਕਰੀਬ ਕਰੀਬ ਲੱਖ ਲੋਕ ਲੱਖ ਕਿੰਨੇ ਕਿੰਨੇ ਲੱਖ ਤੋਂ ਮੈਂ ਗਿਆ ਸੀ ਕੁੰਡਲੀ ਬਾਰਡਰ ਹਾਂਜੀ ਉੱਥੇ ਜਿਹੜਾ ਕੁੰਡਲੀ ਬਾਰਡਰ ਹੈ ਸਰ ਉੱਥੇ ਹੀ 5 ਲੱਖ ਬੰਦੇ ਦੇ ਆਸ ਪਾਸ ਸੀਗੇ ਉਸ ਦਿਨ ਚ ਕੱਲੇ ਕੁੰਡਲੀ ਬਾਰਡਰ ਦੇ 5-6 ਜਗ੍ਹਾ ਘੇਰ ਰੱਖਿਆ ਜੀ ਦਿੱਲੀ ਨੂੰ ਚਾਰੋਂ ਪਾਸੇ ਤਾਂ ਪਬਲਿਕ ਬਹੁਤ ਜ਼ਿਆਦਾ 25 ਕਿਲੋਮੀਟਰ ਦਾ ਅਸੀਂ ਪੈਦਲ ਚੱਲ ਕੇ ਗਏ ਹਾਂ ਸਰ 25 ਕਿਲੋਮੀਟਰ ਠੀਕ ਹੈ ਅੱਗੇ ਵਹੀਕਲ ਨਹੀਂ ਗਿਆ ਅੱਛਾ ਜਿਹੜੀ ਕਿ ਰਿਪੋਰਟ ਆ ਰਹੀ ਹੈ ਕਿ ਵੀ ਇੰਨੇ ਲੋਕ ਇਕੱਠੇ ਹੋਏ ਆ ਉਹਨਾਂ ਦਾ ਲੰਗਰ ਚੱਲ ਰਿਹਾ ਤੇ ਉਹਨਾਂ ਕੋਲ ਸਮਾਨ ਹੈ ਸਾਰਾ ਕੋਈ ਕਹਿ ਰਿਹਾ ਜੀ 6 ਮਹੀਨੇ ਦਾ ਰਾਸ਼ਨ ਹੈ ਕੋਈ ਕਹਿ ਰਿਹਾ ਜੀ ਸਾਰਾ ਸਮਾਨ ਲੈ ਕੇ ਬੈਠੇ ਹੈ My first question is ਕਿ ਉਹ ਲੋਕ ਜਿਹੜੇ ਰਾਤ ਨੂੰ ਪੈਂਦੇ ਕਿੱਥੇ ਆ ਮਤਲਬ ਕਿਸ ਤਰ੍ਹਾਂ ਰਾਤ ਨੂੰ ਕਿਸ ਤਰ੍ਹਾਂ ਵਿਛਾ ਕੇ ਕਿਸ ਤਰ੍ਹਾਂ ਆਰਾਮ ਕਿੱਦਾਂ ਕਰਦੇ ਸਵੇਰੇ ਬਾਥਰੂਮ ਵਾਲਾ ਉਹ ਕੀ ਪ੍ਰੈਕਟੀਕਲ ਉੱਥੇ ਚੱਲ ਰਹੀ ਹੈ ਸਿਚੁਏਸ਼ਨ ਸਰ ਜਿਹੜੀ ਲੰਗਰ ਦੀ ਗੱਲ ਹੈ ਸਰ ਲੰਗਰ ਦੀ ਤਾਂ ਕੋਈ ਪ੍ਰੋਬਲਮ ਉੱਥੇ ਹੈ ਨਹੀਂ ਕਿਉਂਕਿ ਸਰ ਬਹੁਤ ਸਾਰੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਖਾਲਸਾ ਏਡ ਹੋ ਗਈ ਦਿੱਲੀ ਦੇ ਲੋਕ ਬਹੁਤ ਸਪੋਰਟ ਕਰ ਰਹੇ ਹੈ ਸਰ ਦਿੱਲੀ ਦੇ ਈਵਨ ਕਿ ਜੋ ਦਿੱਲੀ ਦੇ ਬਸ਼ਿੰਦੇ ਆ ਉਹ ਵੀ ਤਾਂ ਕਿਸਾਨਾਂ ਦੇ ਪੁੱਤ ਆ ਹਾਂਜੀ ਬਹੁਤ ਬਹੁਤ ਜ਼ਿਆਦਾ ਸਪੋਰਟ ਕਰ ਰਹੇ ਹੈ ਪੰਜਾਬ ਹਰਿਆਣੇ ਤੋਂ ਲੋਕ ਬਹੁਤ ਸਪੋਰਟ ਕਰ ਰਹੇ ਹੈ ਕਿਸਾਨ ਜਿਹੜੇ ਹੈ ਆਪਣਾ ਜਿਹੜੇ ਆਲ ਓਵਰ ਰਾਜਸਥਾਨ ਤੋਂ ਕਿਸਾਨ ਆ ਗਏ ਯੂਪੀ ਤੋਂ ਆ ਗਏ ਉਹਨਾਂ ਨੂੰ ਖਾਣ ਪੀਣ ਦੀ ਕੋਈ ਦਿੱਕਤ ਨਹੀਂ ਸਰ ਫਸਟ ਆਫ ਆਲ ਤਾਂ ਇੱਕ ਦਿਨ ਪਾਣੀ ਦੀ ਥੋੜੀ ਦਿੱਕਤ ਆਈ ਸੀ ਕੇਜਰੀਵਾਲ ਸਾਹਿਬ ਨੇ ਵੀ ਸੀਐਮ ਜਿਹੜੇ ਆਪਣੇ ਦਿੱਲੀ ਦੇ ਉਹਨਾਂ ਨੇ ਬੜੇ ਟੈਂਕਰ ਭੇਜੇ ਤੇ ਖਾਲ ਸਾਈਡ ਨੇ ਬੋਤਲਾਂ ਦੀ ਬੋਤਲਾਂ ਉੱਥੇ ਪਹੁੰਚਾ ਦਿੱਤੀਆਂ ਕੋਈ ਦਿੱਕਤ ਨਹੀਂ ਹੈ ਸਰ ਇੱਕ ਮਾੜੀ ਜੀ ਗੱਲ ਆਵਾਜ਼ ਉੱਠਦੀ ਹੈ ਵੀ ਚੀਜ਼ ਦੀ ਲੋੜ ਆ ਤਾਂ ਉਹ ਪਹੁੰਚ ਜਾਂਦੀ ਆ ਠੀਕ ਹੈ ਜਿਹੜੀ ਰਾਤ ਨੂੰ ਸੌਣ ਦੀ ਗੱਲ ਹੈ ਸਰ ਰਾਤ ਨੂੰ ਸੌਣ ਵਾਸਤੇ ਲੋਕਾਂ ਨੇ ਟ੍ਰੈਲੀਆਂ ਦੇ ਟੈਂਟ ਲਾਏ ਹੋਏ ਆ ਸਰ ਨੋ ਆਪਸ਼ਨ ਅੱਛਾ ਜਾਂ ਸਰ ਨੇੜੇ ਜੇ ਕੋਈ ਗੁਰਦੁਆਰਾ ਜਿਹੜੇ ਢਾਬੇ ਵਾਲੇ ਆ ਸਰ ਇੰਨੀ ਸਪੋਰਟ ਕਰ ਰਹੇ ਆ ਜੀ ਇੰਨੀ ਸਪੋਰਟ ਕਰ ਰਹੇ ਆ ਉੱਥੇ ਨੇੜੇ ਤੇੜੇ ਤਾਂ ਉੱਥੇ ਉਹ ਕਹਿੰਦੇ ਸਾਡੇ ਕੋਲ ਫ੍ਰੀ ਫੂਡ ਖਾ ਲਓ ਸਾਡੇ ਕੋਲ ਪੈ ਜਾਓ ਕੋਈ ਚੱਕਰ ਨਹੀਂ ਹੈ ਸਰ ਮਤਲਬ ਜਿਹੜਾ ਐਵਰੀਬਾਡੀ ਇਜ਼ ਸਪੋਰਟਿੰਗ ਫਾਰਮਰ ਸਰ ਓਵਰ ਦੇਅਰ ਔਰ ਬਹੁਤ ਚੰਗੀ ਗੱਲ ਆ ਲੇਕਿਨ ਸਰ ਇੱਕ ਪ੍ਰੋਬਲਮ ਜ਼ਰੂਰ ਆ ਕਿ ਜਿਹੜੀ ਤੁਹਾਡੀ ਆਪਣਾ ਇਹ ਸਵੇਰੇ ਹਾਂ ਆਵਾਜ਼ ਤਾਂ ਹਾਂ ਕੱਟ ਸਵੇਰੇ ਸਰ ਫੋਨ ਆ ਗਿਆ ਸੀਗਾ ਵੀ ਤੁਹਾਨੂੰ ਸੌਰੀ ਰਸ ਫਾਈਨ ਆ ਜਾਂਦਾ ਹਾਂਜੀ ਸੋ ਸਵੇਰੇ ਸਰ ਵਾਸ਼ਰੂਮ ਦੀ ਬਹੁਤ ਜ਼ਿਆਦਾ ਪ੍ਰੋਬਲਮ ਆ ਸਰ ਜਿਹੜੀ ਹੈ ਉਹ ਜ਼ਰੂਰ ਹੈਗੀ ਖੇਤਾਂ 'ਚ ਜੋ ਲੋਕਾਂ ਨੂੰ ਜਾਣਾ ਪੈ ਰਿਹਾ ਕੋਈ ਇੰਤਜ਼ਾਮ ਹੈ ਨਹੀਂ ਉੱਥੇ ਉਹ ਬੜੀ ਪ੍ਰੋਬਲਮ ਆ ਸਰ ਦੈਟ ਅ ਸਿੰਗਲ ਪ੍ਰੋਬਲਮ ਆ ਵਾਸ਼ਰੂਮ ਵਾਲੀ ਬਾਕੀ ਹੋਰ ਕੋਈ ਪ੍ਰੋਬਲਮ ਨਹੀਂ ਹੈ ਸਰ ਉਹਨੂੰ ਵੀ ਚੱਲ ਜਾਣਗੇ ਜੀ ਕਿਸਾਨ ਸਰ ਜੀ ਉਹ ਤੇ ਮੇਰੇ ਖਿਆਲ ਮੈਂ ਵੀਡੀਓ ਦੇਖਦਾ ਰਹਿੰਦਾ ਇੱਥੇ ਕਾਫੀ ਲੇਡੀਜ਼ ਵੀ ਹੈ ਇੱਥੇ ਇਕੱਠੀ ਹੋਈ ਹੈ ਲੇਡੀਜ਼ ਹੈ ਛੋਟੀ ਉਮਰ ਦੇ ਕੋਈ ਕਈ ਬਜ਼ੁਰਗ ਵੀ ਬਹੁਤ ਹੈ 70+ 80+ ਹੈਲਥ ਪ੍ਰੋਬਲਮ ਵੀ ਕਿਸੇ ਨੂੰ ਹੋ ਸਕਦੀ ਹੈ ਕੋਈ ਇਸ ਤਰ੍ਹਾਂ ਦਾ ਕੀ ਉਹ ਮਤਲਬ ਕਿਸ ਤਰ੍ਹਾਂ ਹਾਓ ਦੇ ਦੀਸ ਪੀਪਲ ਕੋਪਿੰਗ ਕਿਸ ਤਰ੍ਹਾਂ ਉਹ ਕਰ ਰਹੇ ਹੈ ਕੰਮ ਮਤਲਬ ਕਿਸ ਤਰ੍ਹਾਂ ਸਰਵਾਈਵ ਕਰ ਰਹੇ ਹੈ ਸਰ ਦੇਖੋ ਉੱਥੇ ਜੀ ਹਰ ਵਰਗ ਦਾ ਬੰਦਾ ਬੈਠਿਆ ਜੀ ਲੇਡੀਜ਼ ਬਹੁਤ ਬੈਠੀਆਂ ਕੀਰਤਨ ਕਰ ਰਹੀਆਂ ਲੰਗਰ ਪਕਾ ਰਹੀਆਂ ਜੀ ਉੱਥੇ ਬਜ਼ੁਰਗ ਬੈਠੇ ਆ ਟਰਾਲੀਆਂ 'ਚ ਬੈਠੇ ਆ ਕੀ ਕਰ ਸਕਦੇ ਹਾਂ ਜੀ ਬੇਚਾਰੇ ਉਹ ਸਪੋਰਟ ਕਰ ਰਹੇ ਆ ਇੱਕ ਤਰ੍ਹਾਂ ਦੇ ਕਈ ਬਜ਼ੁਰਗ ਮੈਨੇ ਦੇਖਿਆ ਸਰ ਜਿਸ ਦੀ ਬਾਂਹ ਕੱਟੀ ਹੋਈ ਆ ਲੱਤ ਨਕਲੀ ਲੱਗੀ ਹੋਈ ਆ ਉਹ ਵੀ ਬੈਠੇ ਆ ਬੇਚਾਰੇ ਸਰ ਕੀ ਕਰੀਏ ਸਰ ਲੇਕਿਨ ਹੁਣ ਇਹ ਵੀ ਹਾਲਾਤ ਹੈ ਸਰ ਜੇ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਉੱਥੇ ਸਰ ਆਪਣਾ ਮੈਡੀਕਲ ਏਡ ਦੀ ਫੈਸਿਲਿਟੀ ਚਲੋ ਮਾੜੀ ਮੋਟੀ ਐਂਬੂਲੈਂਸ ਵਗੈਰਾ ਘੁੰਮਦੀ ਰਹਿੰਦੀ ਹੈ ਮੈਂ ਦੇਖੀ ਇੱਕ ਦੋ ਐਸੀ ਕੋਈ ਗੱਲ ਹੈ ਨਹੀਂ ਐਡੀ ਕੋਈ ਅਜੇ ਮੇਜਰ ਕੋਈ ਪ੍ਰੋਬਲਮ ਆਈ ਨਹੀਂ ਇੱਕ ਦੋ ਡੈਥ ਵੀ ਹੋਈਆਂ ਵੈਸੇ ਪਰ ਚਲੋ ਪਰ ਉਹ ਕਹਿਣ ਦਾ ਮਤਲਬ ਇਹ ਵੀ ਐਡੀ ਕੋਈ ਮੇਜਰ ਪ੍ਰੋਬਲਮ ਆਊਗੀ ਤਾਂ ਉਸਦਾ ਵੀ ਕੋਈ ਸੋਲੂਸ਼ਨ ਲੱਭ ਲਾਂਗੇ ਠੀਕ ਹੈ ਚਲੋ ਸਭ ਤੋਂ ਪਹਿਲਾਂ ਮੇਰਾ ਸਵਾਲ ਹੈ ਕਾਨੂੰਨ ਤੋਂ ਰਿਲੇਟਡ ਪਹਿਲਾ ਸਭ ਤੋਂ ਪਹਿਲਾ ਸਵਾਲ ਹੈ ਕਿ ਵੀ ਪਿਛਲੇ ਮਹੀਨੇ ਸ਼ਾਇਦ ਪੰਜਾਬ ਵਿਧਾਨ ਸਭਾ ਨੇ ਇਸ ਕਾਨੂੰਨ ਨੂੰ ਮਤਲਬ ਕੋਈ ਡਿਸਕਾਰਡ ਕੀਤਾ ਸੀ ਕਿ ਵੀ ਅਸੀਂ ਪੰਜਾਬ ਤੇ ਲਾਗੂ ਨਹੀਂ ਕਰਨਾ ਇਹਦਾ ਕੋਈ ਮਤਾ ਪਾਸ ਕੀਤਾ ਸੀ ਡੂ ਯੂ ਰਿਮੈਂਬਰ ਲਾਸਟ ਮੰਥ ਓਸੋ
ਹਾਂਜੀ ਹਾਂਜੀ ਸਰ ਕੀਤਾ ਸੀ ਸਰ ਉਹਦਾ ਕੀ ਰੈਲੀਵੈਂਸ ਹੈ ਜਦ ਉਹਨਾਂ ਨੇ ਮੰਨ ਹੀ ਲਿਆ ਕਿ ਭਾਈ ਪੰਜਾਬ 'ਚ ਆਪਾਂ ਇਹਨੂੰ ਇਹਨੂੰ ਲਾਗੂ ਨਹੀਂ ਕਰਨਾ ਤੇ ਉਸ ਚੀਜ਼ ਨੂੰ ਮਤਲਬ ਕਿ ਕਿਸਾਨਾਂ ਨੂੰ ਇਹ ਨਹੀਂ ਕਿ ਭਈ ਇਹ ਹੋਣਾ ਨਹੀਂ ਸਾਡੇ ਕੋਈ ਬਾਹਰ ਹੋ ਸਕਦਾ ਇੱਥੇ ਪੰਜਾਬ ਨਹੀਂ ਹੋਏਗਾ ਵਾਟ ਡੂ ਯੂ ਥਿੰਕ ਅਬਾਊਟ ਨਹੀਂ ਨਹੀਂ ਸਰ ਐਕਚੁਅਲੀ ਸਰ ਇਹ ਸਟੇਟ ਦਾ ਕਾਨੂੰਨ ਹੈ ਨਹੀਂ ਸਟੇਟ ਦਾ ਕਾਨੂੰਨ ਨਹੀਂ ਹੈ ਉਸਦਾ ਤਾਂ ਬਲਕਿ ਹੋਰ ਨੁਕਸਾਨ ਹੋ ਜਾਣਾ ਸਰ ਉਸਦਾ ਫਾਇਦਾ ਕੋਈ ਨਹੀਂ ਨੁਕਸਾਨ ਹੋ ਜਾਣਾ ਐਕਚੁਅਲੀ ਕਿ ਸਰ ਜਿਹੜਾ ਇਹ ਸੈਂਟਰਲ ਗਵਰਨਮੈਂਟ ਦਾ ਕਾਨੂੰਨ ਹੈ ਸਰ ਜੀ ਜੀ ਪਹਿਲੀ ਗੱਲ ਤਾਂ ਸਰ ਇਹ ਆ ਸੈਂਟਰਲ ਗਵਰਨਮੈਂਟ ਨੇ ਅਮੈਂਡ ਕਰਿਆ ਸੰਸਦ 'ਚ ਬਿੱਲ ਪਾਇਆ ਸੰਸਦ ਨੇ ਪਾਸ ਕਰਿਆ ਰਾਸ਼ਟਰਪਤੀ ਨੇ ਉਸ ਪਰ ਸਾਈਨ ਕਰੇ ਸਰ ਸਟੇਟ ਨੇ ਸਰ ਉਸ ਵਿੱਚ ਕੋਈ ਅਮੈਂਡਮੈਂਟ ਕਰ ਦਿਓ ਵੀ ਐਮ ਐਸ ਪੀ ਤੋਂ ਘੱਟ ਖਰੀਦੂਗਾ ਅਸੀਂ ਉਸਨੂੰ ਜੇਲ੍ਹ ਕਰ ਦਾਂਗੇ ਕੋਈ ਖਰੀਦੂਗਾ ਹੀ ਨਹੀਂ ਕੋਈ ਆਊਗਾ ਹੀ ਕਿਉਂ ਸਰ ਜੇ ਮੈਨੂੰ ਪਤਾ ਮੈਨੂੰ ਜੇਲ੍ਹ ਹੋ ਜਾਣੀ ਉਹ ਕਿਉਂ ਆਊਗਾ ਪੰਜਾਬ 'ਚ ਬਿਲਕੁਲ ਬਾਕੀ ਅਸੀਂ ਤੇ ਅਸੀਂ ਖੁਦ ਕਿਸਾਨ ਰਹੇ ਆ ਕਿਸਾਨਾਂ ਦੇ ਪੋਤੇ ਆ ਸਾਨੂੰ ਤੇ ਪਤਾ ਹੀ ਆ ਇਸ ਚੀਜ਼ ਦਾ ਇਹਦੀ ਪਲੈਨਿੰਗ ਜਿਹੜੀ ਆ ਸ਼ਾਇਦ ਕਾਫੀ ਪਹਿਲਾਂ ਤੇ ਚੱਲ ਰਹੀ ਸੀ ਵੀ ਐਮ ਐਸ ਪੀ ਨੂੰ ਕਿਵੇਂ ਖਤਮ ਕੀਤਾ ਜਾਵੇ ਕਿਉਂਕਿ ਡਬਲਯੂ ਟੀ ਓ ਵਰਲਡ ਬੈਂਕ ਆਈ ਐਮ ਐਫ ਇਹਨਾਂ ਸਾਰਿਆਂ ਦਾ ਪ੍ਰੈਸ਼ਰ ਹੁੰਦਾ ਵਾ ਕਿ ਤੁਸੀਂ ਕੰਟਰੀਜ਼ ਦੇ ਉੱਪਰ ਵੀ ਤੁਸੀਂ ਜਿਹੜੀ ਆਪਣੀ ਇਕੋਨਮੀ ਆ ਉਹਨੂੰ ਓਪਨ ਕਰੋ ਅਸੀਂ ਤੁਹਾਨੂੰ ਲੋਨ ਦੇਵਾਂਗੇ ਅਸੀਂ ਤੁਹਾਡੀ ਲੋਨ ਮਾਫ਼ ਕਰਾਂਗੇ ਤੁਹਾਡਾ ਇੰਟਰਸਟ ਮਾਫ਼ ਕਰਾਂਗੇ ਸੋ ਇਸ ਤਰ੍ਹਾਂ ਇਹ ਪ੍ਰੈਸ਼ਰ ਹੁੰਦਾ ਆ ਬਟ ਇਹ ਸਟੇਟ ਨੂੰ ਵੇਖਣਾ ਹੁੰਦਾ ਆ ਇਹ ਗਵਰਨਮੈਂਟ ਨੂੰ ਵੇਖਣਾ ਹੁੰਦਾ ਆ ਵੀ ਅਸੀਂ ਕਿਹੜੀ ਚੀਜ਼ ਸਾਡੇ ਲੋਕਾਂ ਦੇ ਹੱਕ 'ਚ ਆ ਜਾਂ ਕਿਹੜੀ ਚੀਜ਼ ਨਹੀਂ ਹੈਗੀ ਲੋਕਾਂ ਦੇ ਹੱਕ 'ਚ ਸਰ ਜਿਹੜੀ ਦੂਸਰੀ ਗੱਲ ਕੀਤੀ ਆ ਇਹਨਾਂ ਨੇ ਵੀ ਇਹ ਮੰਡੀਆਂ ਨੂੰ ਖਤਮ ਕਰਕੇ ਤੇ ਆਪਾਂ ਜਿਹੜਾ ਵਾ ਕੰਟਰੈਕਟ ਫਾਰਮਿੰਗ ਜਾਂ ਕੁਛ ਵੀ ਕਰ ਦਿੱਤਾ ਜਾਓ ਮੰਡੀਆਂ ਬਿਹਾਰ ਦੇ ਵਿੱਚ 2006 ਦੇ ਵਿੱਚ ਖਤਮ ਹੋਈਆਂ ਸੀ ਅੱਜ ਤੁਸੀਂ ਬਿਹਾਰ ਦਾ ਹਾਲ ਵੇਖ ਲਓ ਵੀ ਬਿਹਾਰ ਦੇ ਵਿੱਚ ਕੀ ਆ ਕਿ ਕਿਸੇ ਕੋਲ ਕੁਛ ਬਚਿਆ ਕਿਸੇ ਕੋਲ ਕੁਛ ਨਹੀਂ ਬਚਿਆ 2006 ਦੇ ਵਿੱਚ ਉੱਥੇ 9600 ਦੇ ਕਰੀਬ ਮੰਡੀਆਂ ਸੀ ਜਿਹੜੀਆਂ ਅੱਜ ਤਕਰੀਬਨ 1600 ਦੇ ਕਰੀਬ ਰਹਿ ਗਈਆਂ ਤੇ ਕਿਸਾਨਾਂ ਦੇ ਵੀ ਕੁਛ ਨਹੀਂ ਆ ਹੁਣ ਬਹੁਤ ਸਾਰੇ ਲੋਕ ਇਹ ਗੱਲ ਕਰਦੇ ਆ ਜਿਵੇਂ ਜਾਂ ਕਹਿ ਲਓ ਕਿ ਬੀਜੇਪੀ ਦੇ ਸਪੋਰਟਰ ਕਹਿ ਲਓ ਜਾਂ ਕੁਛ ਕਹਿ ਲਓ ਹਨਾ ਕਿ ਉਹ ਉਹ ਕਹਿੰਦੇ ਜੀ ਵੀ ਤੁਸੀਂ ਪੰਜਾਬ ਦੇ ਕਿਸਾਨ ਹੀ ਕਿਉਂ ਇਸ ਜਿਹੜਾ ਵਾ ਇਕੱਠੇ ਹੋ ਰਹੇ ਕਿਉਂਕਿ ਦੂਸਰੇ ਕਿਉਂ ਨਹੀਂ ਆ ਰਹੇ ਉਹਨਾਂ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿ ਪੰਜਾਬ ਦੇ ਕਿਸਾਨ ਹਰਿਆਣਾ ਦੇ ਕਿਸਾਨ ਰਾਜਸਥਾਨ ਦੇ ਕਿਸਾਨ ਯੂਪੀ ਦੇ ਕਿਸਾਨ ਇਹ ਸਾਰੇ ਇਕੱਠੇ ਹੋ ਰਹੇ ਈਵਨ ਐਮ ਪੀ ਦੇ ਕਿਸਾਨ ਵੀ ਜਿਹੜੇ ਆ ਸ਼ਾਇਦ ਹੁਣ ਉਹ ਆ ਕੇ ਇਹਨਾਂ ਨੂੰ ਸਪੋਰਟ ਕਰਨਗੇ ਜੇ ਉਹਨਾਂ ਨੂੰ ਇੱਥੋਂ ਤੱਕ ਪਹੁੰਚਣ ਦਿੱਤਾ ਗਿਆ ਰਹਿ ਜਾਂਦੀ ਗੱਲ ਮਹਾਰਾਸ਼ਟਰ ਦੀ ਜਾਂ ਸਾਊਥ ਦੀ ਜਾਂ ਬਿਹਾਰ ਦੀ ਉਹਨਾਂ ਵਿਚਾਰਿਆਂ ਦੇ ਪੱਲੇ ਤੇ ਕਿਉਂਕਿ ਉੱਥੇ ਐਮ ਐਸ ਪੀ ਦਾ ਬਹੁਤ ਘੱਟ ਹੈ ਕਿਉਂਕਿ ਐਮ ਐਸ ਪੀ ਦੇ ਅੰਡਰ ਸਿਰਫ 6% ਖਰੀਦੀ ਜਾਂਦੀ ਹੈ ਜਿਹੜੀ ਕਰੋਪ ਹੁੰਦੀ ਹੈ ਸੋ ਉਹਨਾਂ ਵਿਚਾਰਿਆਂ ਦੇ ਤੇ ਪੱਲੇ ਹੈ ਹੀ ਕੁਛ ਨਹੀਂ ਉਹ ਤੇ ਦਿਹਾੜੀਦਾਰ ਮਜ਼ਦੂਰ ਦੀ ਤਰ੍ਹਾਂ ਆ ਉਹ ਆਪਣਾ ਸਾਰਾ ਕੁਛ ਛੱਡ ਕੇ ਇੱਥੇ ਆ ਹੀ ਨਹੀਂ ਸਕਦੇ ਉਹਨਾਂ ਨੂੰ ਤੇ ਇਹਨਾਂ ਨੇ ਪਹਿਲਾਂ ਲੁੱਟ ਕੇ ਖਾ ਲਿਆ ਜਿਹੜੀ ਮੇਨ ਹੱਬ ਰਹਿ ਗਈ ਸੀ ਉਹ ਰਹਿ ਗਈ ਸੀ ਪੰਜਾਬ ਹਰਿਆਣਾ ਜਾਂ ਯੂਪੀ ਦਾ ਕੁਛ ਏਰੀਆ ਸੋ ਉਹ ਜਿਨ੍ਹਾਂ ਦੇ ਪੱਲੇ ਕੁਛ ਹੈਗਾ ਆ ਜਿਨ੍ਹਾਂ ਨੂੰ ਪਤਾ ਕਿ ਉਹਨਾਂ ਕੋਲ ਗਵਾਉਣ ਲਈ ਕੁਛ ਨਹੀਂ ਹੈ ਇਹਨਾਂ ਕੋਲ ਗਵਾਉਣ ਲਈ ਅਜੇ ਬੜਾ ਕੁਛ ਹੈ ਤੋ ਇਹ ਤਾਂ ਇਕੱਠੇ ਹੋ ਗਏ ਉਹਨਾਂ ਵਿਚਾਰਿਆਂ ਦੇ ਕੋਲ ਅੱਗੇ ਕੁਛ ਨਹੀਂ ਹੈਗਾ ਉਹਦੇ ਲੁੱਟੇ ਆ ਹੁਣ ਉਹ ਉਹ ਕਿਵੇਂ ਇਕੱਠੇ ਹੋ ਸਕਦੇ ਇੱਕ ਬੰਦਾ ਆਪਣੀ ਵਿਅਕਤੀ ਦਿਹਾੜੀ ਕਰਕੇ ਕਿਵੇਂ ਇਹਨਾਂ ਦੇ ਨਾਲ ਆ ਕੇ ਜੁੜ ਸਕਦਾ ਜੀ ਜੀ ਮੇਰੇ ਖਿਆਲ ਹੈ ਕਿ 2 ਸਾਲ ਪਹਿਲਾਂ ਸ਼ਾਇਦ ਕਾਂਗਰਸ ਨੇ ਆਪਣੇ ਮੈਨੀਫੈਸਟੋ 'ਚ ਨਹੀਂ ਕਿਹਾ ਸੀ ਕਿ ਵੀ ਏ ਪੀ ਐਮ ਸੀ ਨੂੰ ਆਪਾਂ ਖਾਰਿਜ ਕਰ ਦਿਆਂਗੇ ਤੇ ਹੁਣ ਮੁੜ ਕੇ ਦੁਬਾਰਾ ਇਹਦੇ ਵੱਲ ਪ੍ਰੋਟੈਸਟ ਕਰ ਰਹੀ ਹੈ ਕਿ ਵੀ ਉਹਨੂੰ ਕਿਉਂ ਕਿਉਂ ਕੀਤਾ ਤੁਸੀਂ ਜੀ ਰਿਮੈਂਬਰ ਬੇਖਾ 2 ਸਾਲ ਪਹਿਲਾਂ ਸ਼ਾਇਦ ਕਾਂਗਰਸ ਨੇ ਆਪਣੇ ਮੈਨੀਫੈਸਟੋ 'ਚ ਕਿਹਾ ਸੀ ਕਿ ਵੀ ਏ ਪੀ ਐਮ ਸੀ ਨੂੰ ਆਪਾਂ ਹਟਾ ਦਿਆਂਗੇ ਸ਼ਾਇਦ ਨਹੀਂ ਸਰ ਇਸ ਚੀਜ਼ ਦਾ ਮੈਨੂੰ ਪਤਾ ਨਹੀਂ ਬਟ 2013 ਜਾਂ 14 ਦੇ ਵਿੱਚ ਕੁਛ ਹੋਇਆ ਸੀ ਇਸ ਤਰ੍ਹਾਂ ਜਦੋਂ ਵਰਲਡ ਬੈਂਕ ਨੇ ਆਪਣਾ ਪ੍ਰੈਸ਼ਰ ਬਣਾਇਆ ਸੀ ਕਿ ਤੁਸੀਂ ਇਸ ਚੀਜ਼ ਨੂੰ ਜਿਹੜਾ ਵਾ ਉਹ ਖਤਮ ਕਰੋ ਤੇ ਉਦੋਂ ਜਿਹੜੀ ਉਸ ਟਾਈਮ ਸੈਂਟਰ ਦੇ ਵਿੱਚ ਕਾਂਗਰਸ ਦੀ ਸਰਕਾਰ ਸੀ ਤੇ ਉਹਨਾਂ ਨੇ ਇਸ ਚੀਜ਼ ਨੂੰ ਥੋੜਾ ਜਿਹਾ ਪੋਸਟਪੋਨ ਕੀਤਾ ਸੀ ਵੀ ਨਹੀਂ ਅਸੀਂ ਨਹੀਂ ਕਰ ਸਕਦੇ ਜਾਂ ਕੁਛ ਉਦੋਂ ਇਹ ਗੱਲਾਂ ਚੱਲਦੀਆਂ ਸੀ ਵੀ 2018-19 ਤੱਕ ਜਿਹੜਾ ਵਾ ਇਹ ਸਾਰਾ ਕੁਛ ਜਿਹੜਾ ਵਾ ਉਹ ਖਤਮ ਹੋ ਜਾਊਗਾ ਮੋਦੀ ਤੋਂ ਲੋਕਾਂ ਨੂੰ ਪ੍ਰਾਈਮ ਮਿਨਿਸਟਰ ਤੋਂ ਬਹੁਤ ਉਮੀਦ ਸੀ ਵੀ ਹਾਂ ਵੀ ਮੋਦੀ ਜੀ ਗੱਲ ਕਰਦੇ ਐਵੇਂ ਹੋ ਜਾਊਗਾ ਤੁਹਾਨੂੰ ਅਸੀਂ ਸਵਾਮੀਨਾਥਨ ਰਿਪੋਰਟ ਲਾਗੂ ਕਰਾਂਗੇ ਬਟ ਜਦੋਂ ਬੀਜੇਪੀ ਦੀ ਸਰਕਾਰ ਨੇ ਆਉਂਦਿਆਂ ਹੀ ਸ਼ਾਂਤਾ ਕੁਮਾਰ ਕਮੇਟੀ ਬਣਾਈ ਤੇ ਸ਼ਾਂਤਾ ਕੁਮਾਰ ਕਮੇਟੀ ਦੀਆਂ ਰਿਕਮੈਂਡੇਸ਼ਨ ਦੇ ਵਿੱਚ ਪਹਿਲੀ ਰਿਕਮੈਂਡੇਸ਼ਨ ਇਹ ਵੀ ਜੀ ਐਫ ਸੀ ਆਈ ਨੂੰ ਖਤਮ ਕਰ ਦਿੱਤਾ ਜਾਵੇ ਸੋ ਉਦੋਂ ਹੀ ਇਹਨਾਂ ਦੀ ਜਿਹੜੀ ਇੰਟੈਂਸ਼ਨ ਸੀ ਉਹ ਕਲੀਅਰ ਹੋ ਗਈ ਸੀ ਵੀ ਬਸ ਹੁਣ ਜਿਹੜੀ ਐਮ ਐਸ ਪੀ ਆ ਉਹ ਖਤਮ ਹੋਣ ਜਾ ਰਹੀ ਆ ਇਹਨਾਂ ਨੇ ਇਹ ਜਿਹੜੇ ਆ ਆਪਣੇ ਆਪ ਨੂੰ ਉਹਦੇ ਤੋਂ ਪਿੱਛੇ ਖਿੱਚ ਰਹੇ ਜਦੋਂ ਇਹਨਾਂ ਨੂੰ ਲੋੜ ਸੀ ਜਦੋਂ ਸਟੇਟ ਨੂੰ ਲੋੜ ਸੀ ਜਦੋਂ ਗਵਰਨਮੈਂਟ ਨੂੰ ਲੋੜ ਸੀ ਸੋਰੀ ਸਟੇਟ ਨੂੰ ਮੈਂ ਕਹਿ ਸਕਦਾ ਗਵਰਨਮੈਂਟਸ ਨੂੰ ਜਦੋਂ ਲੋੜ ਸੀ ਆਪਣੇ ਲੋਕਾਂ ਵਾਸਤੇ
ਕਿ ਜੀ ਅਸੀਂ ਸਾਨੂੰ ਚਾਹੀਦਾ ਵਾ ਪ੍ਰੋਡਿਊਸ ਨੂੰ ਵਧਾਓ, ਇਹਨੂੰ ਕ੍ਰੋਪ ਨੂੰ ਵੱਧ ਕਰੋ, ਤੇ ਉਦੋਂ ਇਹਨਾਂ ਨੇ ਕਿਹਾ ਵੀ ਅਸੀਂ ਐਮ ਐਸ ਪੀ 1966 ਦੇ ਵਿੱਚ ਜਦੋਂ ਲਾਲ ਬਹਾਦਰ ਸ਼ਾਸਤਰੀ ਨੇ ਇਹ ਕਿਹਾ ਕਿ ਹਫ਼ਤੇ ਦੇ ਇੱਕ ਦਿਨ ਦੇ ਵਿੱਚ ਤੁਸੀਂ ਜਿਹੜਾ ਵਾ ਉਹ ਆਪਣਾ ਖਾਣਾ ਨਾ ਖਾਇਆ ਕਰੋ, ਕਿਉਂਕਿ ਸਾਡੇ ਕੋਲ ਹੈ ਨਹੀਂ ਆ ਇਹ ਜਿਹੜਾ ਫੂਡ। ਤੇ US ਜਿਹੜੀ ਆਪਣੀ ਕਣਕ ਜਿਹੜੀ ਆਪਣੀ ਉਹ ਵੀਟ ਸਮੁੰਦਰ ਦੇ ਵਿੱਚ ਸੁੱਟਣੀ ਸੀ ਜਿਹੜੀ ਉਹਨਾਂ ਦੀ ਖਰਾਬ ਹੋਈ, ਉਹਨਾਂ ਕਿਹਾ ਕਿ ਚੁੱਕੇ ਜੀ ਚਲੋ ਇਹ ਇੰਡੀਆ ਨੂੰ ਦੇ ਦਿਓ। ਸੋ ਉਸ ਸਮੇਂ ਜਿਹੜੇ ਉਸ ਸਮੇਂ 'ਚ ਸਾਡੇ ਕਿਸਾਨ ਜਿਹੜੇ ਆ ਕੱਢ ਕੇ ਇੱਥੇ ਲੈ ਕੇ ਆਏ ਆ, ਤੇ ਅੱਜ ਇਹਨਾਂ ਦੀ ਲੋੜ ਪੂਰੀ ਹੋ ਗਈ ਆ ਤੇ ਉਹ ਸਾਨੂੰ ਇਸ ਤਰ੍ਹਾਂ ਕਰ ਰਹੇ ਆ। ਮੇਰਾ ਖਿਆਲ ਹੈ ਗੁਰਪ੍ਰੀਤ ਕਿ ਜੋ ਸ਼ਾਇਦ ਜੋ ਗਵਰਨਮੈਂਟ ਦੀ ਸੋਚ ਹੈ, ਜੋ ਗਵਰਨਮੈਂਟ ਦੀ ਪਾਲਿਸੀ ਹੈ, ਜੋ ਵੀ ਇਹਨਾਂ ਦਾ ਇੱਕ ਫਿਲਾਸਫੀ ਹੈ, ਮੇਰਾ ਖਿਆਲ ਹੈ ਕਿ ਬਾਜ਼ਾਰੀਕਰਨ ਜਾਂ ਮਾਰਕੀਟ ਪ੍ਰਾਈਵੇਟਾਈਜੇਸ਼ਨ ਵੱਲ ਜਾ ਰਹੇ ਹਰ ਚੀਜ਼ ਨੂੰ, ਮੋਰ ਔਰ ਲੈਸ ਇਜ਼ ਦੈਟ ਰਾਈਟ? ਹਰੇਕ ਚੀਜ਼ ਨੂੰ ਪ੍ਰਾਈਵੇਟਾਈਜ਼ ਕਰ ਦੇਣਾ, ਭਾਵੇਂ ਉਹ ਦੂਸਰਾ ਸੈਕਟਰ ਹੋ, ਰੇਲਵੇ ਹੋ, ਤੁਹਾਡਾ ਜਿਹੜੇ ਟੈਲੀਕਮਿਊਨੀਕੇਸ਼ਨ ਹੈ ਜਾਂ ਹੁਣ ਐਗਰੀਕਲਚਰ ਹੈ, ਕੁਛ ਹਰੇਕ ਨੂੰ ਲਿਆ ਰਹੇ। ਇਨਫੈਕਟ ਕਿ ਈਵਨ ਕੰਟਰੀਜ਼ ਲਾਈਕ ਜਿਹੜੇ ਕੈਨੇਡਾ ਹੈ, ਅਮੈਰੀਕਾ, ਯੂਰਪ ਹੈ, ਇੱਥੇ ਵੀ ਕਾਫੀ ਫਾਰਮਰਸ ਨੂੰ ਸਬਸਿਡੀ ਮਿਲਦੀ ਹੈ, ਸਾਡੀ ਕੰਟਰੀ 'ਚ ਜਿਸ ਤਰ੍ਹਾਂ ਕੈਨੇਡਾ ਦਾ ਕਾਫੀ ਸਬਸਿਡੀ ਮਿਲਦੀ ਹੈ। ਤੇ ਇਹ ਮਤਲਬ ਕਿ ਪਿੱਛੇ ਕੁੱਤਾ ਵੀ ਆਵਾਜ਼ ਕਰ ਰਿਹਾ ਸ਼ਾਇਦ, ਮੇਰਾ ਖਿਆਲ ਹੈ ਕਿ ਵੀ ਇਹ ਉਹਨਾਂ ਦੀ ਸ਼ਾਇਦ ਸੋਚ ਇਸ ਤਰ੍ਹਾਂ ਹੈ ਕਿ ਹਰ ਚੀਜ਼ ਨੂੰ ਪ੍ਰਾਈਵੇਟਾਈਜ਼ ਕਰ ਦਿਓ, ਜੇ ਖੁੱਲ੍ਹਾ ਹੀ ਕਰ ਦਿਓ, ਜਿਹਨਾਂ ਕੋਲ ਸਰਮਾਇਆ ਹੋਏਗਾ, ਜੋ ਕੈਪੀਟਲਿਸਟ ਹੋਣਗੇ, ਉਹ ਸਾਰਾ ਕਬਜ਼ਾ ਕਰ ਸਕਦੇ ਹੈ, ਮੇਬੀ ਵਿਚ ਆਈ ਡੋਨਟ ਟੇਕ ਐਨੀ ਨੇਮਸ, ਜਿਹਨਾਂ ਕੋਲ ਪਾਵਰ ਇਨਫਲੂਐਂਸ ਤੇ ਪੈਸਾ ਹੋਏਗਾ, ਉਹ ਕੰਟਰੋਲ ਕਰ ਸਕਦੇ ਹੈ। ਗੇਮ ਤੇ ਮੇਰੇ ਖਿਆਲ ਜ਼ਿਆਦਾ ਇਹ ਸਟੋਰੇਜ ਦੀ ਹੈ, ਸਟੋਰੇਜ ਐਂਡ ਸਟਾਕਿਸ ਐਂਡ ਹੋਲਸੇਲਿੰਗ ਦੀ ਹੈ, ਜਿਹਦੇ ਕੋਲ ਜ਼ਿਆਦਾ ਪੈਸਾ ਹੈ ਉਹ ਹੋਲਸੇਲ ਕਰਕੇ ਗਾਂ ਨੂੰ ਅੱਗੇ ਰਿਟੇਲ ਕਰ ਸਕਦਾ ਹੈ। ਸੋ ਅਲਟੀਮੇਟਲੀ ਦੈਟ ਵਾਸ ਇਟ। ਹੋਰ ਕੋਈ ਚੀਜ਼ ਜਿਹੜੀ ਤੁਸੀਂ ਦੇਖ ਰਹੇ ਹੋ ਅੰਬਾਲੇ ਸ਼ਹਿਰ ਦਾ ਕੀ ਹਾਲ ਹੈ? ਉੱਥੇ ਕਾਫੀ ਲੋਕ ਜਾ ਰਹੇ ਹੈ, ਸ਼ਹਿਰੀ ਲੋਕ ਵੀ ਜਾ ਰਹੇ ਹੈ ਕਿ ਸਿਰਫ ਪਿੰਡੋਂ ਤੇ ਉਹ ਜਿਹੜੇ ਜਾ ਰਹੇ ਲੋਕ, ਸ਼ਹਿਰੀ ਵੀ ਕੁਝ ਜੁੜ ਰਹੇ ਇਹਦੇ ਨਾਲ? ਸਰ ਸ਼ਹਿਰੀ ਲੋਕ ਬਹੁਤ ਜਾ ਰਹੇ ਹੈ ਸਰ, ਬਹੁਤ ਜ਼ਿਆਦਾ। ਅੱਛਾ, ਹਰ ਬੰਦਾ ਸਿਰਫ ਸਪੋਰਟ ਕਰ ਰਿਹਾ, ਹਰ ਬੰਦਾ ਦੇਖੋ ਜੋ ਬੰਦਾ ਉੱਥੇ ਜਾ ਰਿਹਾ ਸਰ, ਉਹ ਤਾਂ ਜਾ ਹੀ ਰਿਹਾ, ਉੱਥੇ ਸਪੋਰਟ ਕਰ ਰਹੇ ਹਾਂ ਲੋਕ, ਪਿੰਡਾਂ ਤੋਂ ਨਾ ਸਰ ਟੀਮਾਂ ਬਣਾ ਲਈਆਂ ਲੋਕਾਂ ਨੇ, ਇੱਕਦਮ ਚਲੇ ਜਾਵਾਂਗੇ ਫਿਰ ਵਾਪਸ ਆ ਜਾਵਾਂਗੇ ਤਾਂ ਉੱਥੇ ਘੱਟ ਘੱਟ ਜੂਗਾ। ਇਹਨਾਂ ਨੇ ਸਰ ਡਿਵਾਈਡ ਕਰ ਲਿਆ ਵੀ ਅੱਜ 20 ਆਦਮੀ ਅੱਜ ਜਾਣਗੇ, 20 ਉਹ ਆ ਜਾਣਗੇ, 20 ਫਿਰ ਚਲੇ ਜਾਣਗੇ, 20 ਫਿਰ ਨੈਕਸਟ ਚਲੇ ਜਾਣਗੇ, ਤਾਂ ਕਿ ਉੱਥੇ ਜੋ ਗੈਦਰਿੰਗ ਹੈ ਉਹ ਘੱਟ ਨਾ ਹੋਵੇ। ਜਿਹੜੇ ਸ਼ਹਿਰੀ ਲੋਕ ਆ ਸਰ, ਜਿਹੜੇ ਨਹੀਂ ਜਾ ਸਕਦੇ, ਜਿਹੜੇ ਬਿਜ਼ਨਸ ਕਰ ਰਹੇ ਆ, ਦੁਕਾਨਾਂ ਕਰ ਰਹੇ ਆ, ਤਾਂ ਉਹ ਪੈਸੇ ਵੱਲੋਂ ਆਪਣੀ ਸਪੋਰਟ ਦੇ ਰਹੇ ਆ ਸਰ, ਮੀਡੀਆ ਵੱਲੋਂ ਆਪਣੀ ਸਪੋਰਟ ਦੇ ਰਹੇ ਆ ਸਰ, ਬਹੁਤ ਜ਼ਿਆਦਾ ਸਪੋਰਟ ਕਰ ਰਹੇ ਆ ਸਰ। ਮਤਲਬ ਹਰ ਬੰਦੇ ਨੂੰ ਸਰ ਇਸ ਤੋਂ ਇਫੈਕਟ ਹੋਣਾ, ਇਕੱਲੇ ਕੀ ਵੀ ਜ਼ਿੰਮੇਦਾਰ ਨੂੰ ਨਹੀਂ ਹੋਣਾ, ਹਰ ਬੰਦਾ ਇਸ ਤੋਂ ਇਫੈਕਟ ਹੋਊਗਾ, ਜਿਹੜੇ ਕਾਨੂੰਨ ਆ ਇਹ, ਤਾਂ ਇਹਨਾਂ ਨੂੰ ਬੜੀ ਜਲਦੀ ਬੜੀ ਯਾਰ ਸਰ, ਅਗਰ ਸਰਕਾਰ ਚਾਹੇ ਇਸ ਨੂੰ ਬੜੀ ਜਲਦੀ ਬੜੇ ਸੌਖੇ ਤਰੀਕੇ ਨਾਲ ਚੇਂਜ ਕਰਕੇ ਕਿਸਾਨਾਂ ਨੂੰ ਦੁਬਾਰਾ ਉਸ ਖੇਤੀ ਤੇ ਲਿਆ, ਉਸਨੂੰ ਵੀ ਹੈ ਕੀ ਰੌਲਾ ਜੀ, ਠੰਡ ਵਿੱਚ ਵਿਚਾਰੇ ਉੱਥੇ ਬੈਠੇ ਆ, ਥੋੜੀ ਜਿਹੀ ਅਮੈਂਡਮੈਂਟ ਦੀ ਜ਼ਰੂਰਤ ਹੈ ਵੀ ਕੀ ਚੀਜ਼ ਹੈ ਸਰ, ਔਰ ਉਸਦਾ ਕਿਸੇ ਸਰਕਾਰ ਨੂੰ ਕੋਈ ਨੁਕਸਾਨ ਨਹੀਂ। ਹੁਣ ਸਰ ਮੈਂ ਲੈਸ ਟੈਨ ਐਗਜ਼ਾਮਪਲ ਮੈਂ ਦੇਵਾਂ ਸਰ ਤੁਹਾਨੂੰ, ਹੁਣ ਦੇਖੋ ਪਤਾ ਕੀ ਚੱਕਰ ਆ, ਗਵਰਨਮੈਂਟ ਨੂੰ ਕੀ ਲੱਗਦਾ ਮੈਂ ਤੁਹਾਨੂੰ ਦੱਸਾਂ, ਇਹ ਡੀਪਲੀ ਗੱਲ ਦੱਸ ਰਿਹਾ ਮੈਂ ਤੁਹਾਨੂੰ, ਜਿਹੜੀ ਆਪਾਂ ਗੂਗਲ ਤੇ ਚੈੱਕ ਕਰਦੇ ਹਾਂ ਕਿ ਜਦੋਂ ਵੀਟ ਦਾ ਬਾਈ, ਵੀਟ ਦਾ ਪ੍ਰਾਈਸ ਆ ਨਾ ਇੰਡੀਆ ਦੇ ਅੰਦਰ, ਗਵਰਨਮੈਂਟ ਨੂੰ ਕਿਸਾਨ ਤੋਂ ਖਰੀਦੀ, ਆੜ੍ਹਤੀ ਨੂੰ ਕਮਿਸ਼ਨ ਦਿੱਤੀ, ਟਰਾਂਸਪੋਰਟੇਸ਼ਨ ਦਿੱਤੀ, ਉਸਨੂੰ ਭੰਡਾ, ਉਸਨੂੰ ਰੋਕਣ ਜਗ੍ਹਾ ਰੱਖਣ ਵਾਸਤੇ ਉਸਨੂੰ ਸਟੋਰ ਕਰਿਆ ਸਰ, ਉੱਥੇ ਖਰਚਾ ਕਰਿਆ, ਹੈ ਨਹੀਂ ਤਾਂ ਉਹਨਾਂ ਨੂੰ ਕੋਸਟ ਥੋੜ੍ਹੀ ਜ਼ਿਆਦਾ ਪੈ ਜਾਂਦੀ ਹੈ ਨਾ। ਮੈਂ ਕਹਿੰਦਾ ਹੁਣ ਸਰ ਦੇਖੋ, ਅਗਰ ਤੁਸੀਂ ਥੋੜ੍ਹੇ ਜਿਹੇ ਕੋਸਟ ਇਸਦੀ MSP ਥੋੜ੍ਹੀ ਜਿਹੀ ਘਟਾ ਵੀ ਲਓ, ਲੇਕਿਨ ਉਸਦੇ ਤੁਸੀਂ ਜਿਹੜੇ ਖਰਚੇ ਘਟਾ ਦਿਓ ਕਿਸਾਨ ਦੇ। ਹੁਣ ਤੁਹਾਨੂੰ ਡੀਜ਼ਲ ਹੈ ਸਰ, ਇੱਕ ਗਵਰਨਮੈਂਟ ਕੋਲ ਅੱਜ ਕੱਲ੍ਹ ਸਰ ਔਨਲਾਈਨ ਰਿਕਾਰਡ ਆ, ਕਿਸ ਜ਼ਮੀਨਦਾਰ ਕੋਲ ਕਿੰਨੀ ਜ਼ਮੀਨ ਆ, ਕਿਸ ਜ਼ਮੀਨ 'ਚ ਕਿਹੜੀ ਖੇਤੀ ਕਰ ਰਿਹਾ ਸਰ। ਤੇ ਹਰਿਆਣੇ ਵੀ ਤਾਂ ਸਰ ਇਹਨਾਂ ਨੇ ਪੋਰਟਲ ਬਣਾ ਰੱਖਿਆ ਕਿ ਆਪਣੀ ਫਸਲ ਆਪਣਾ ਬਿਓਰਾ, ਉਸ ਤੇ ਬਿਨਾਂ ਤੁਸੀਂ ਫਸਲ ਨਹੀਂ ਵੇਚ ਸਕਦੇ, ਤੁਹਾਡੀ ਆਲਰੇਡੀ ਤੁਹਾਡੀ ਉਹ ਹੈ ਕਿ ਤੁਸੀਂ ਕਿੰਨੀ ਫਸਲ ਤੁਸੀਂ ਪੈਦਾ ਕਰ ਰਹੇ ਹੋ, ਕਿਹੜੇ ਖੇਤ 'ਚ ਤੁਹਾਡੀ ਕਿਹੜੀ ਫਸਲ ਬੀਜੀ ਹੋਈ ਹੈ, ਤਾਂ ਉਹਨਾਂ ਕੋਲ ਤਾਂ ਆਲਰੇਡੀ ਰਿਕਾਰਡ ਆ ਸਰ ਸਾਰਾ। ਕਹਿਣ ਦਾ ਮਤਲਬ ਇਹ ਹੈ ਸਰ ਕਿ ਉਹ ਕੀ ਕਿਆ ਕਰ ਸਕਦੇ ਆ ਕਿ ਮੈਨੂੰ ਉਹਨਾਂ ਨੂੰ ਪਤਾ ਹੈ ਕਿ ਗੁਰਪ੍ਰੀਤ ਸਿੰਘ ਇੱਕ ਫਾਰਮਰ ਆ, ਉਹਦੇ ਕੋਲ 10 ਜਾਂ 12 ਕਿੱਲੇ 15 ਕਿੱਲੇ ਜ਼ਮੀਨ ਆ, ਉਸਨੂੰ ਕਿੰਨੇ ਡੀਜ਼ਲ ਦੀ ਲੋੜ ਆ, ਸਭ ਕੁਛ ਕੈਲਕੂਲੇਟਿਡ ਆ, ਉਹਨਾਂ ਡੀਜ਼ਲ ਸਬਸਿਡੀ ਪਰ ਦੇ ਦਿਓ ਤੇ ਉਸਨੂੰ। ਸੋਰੀ ਸਰ ਫੋਨ ਆ ਜਾਂਦਾ ਵਿੱਚ ਨੂੰ। ਹਾਂਜੀ ਹਾਂਜੀ, ਆਈ ਨੋ ਆਈ ਨੋ ਯੂ ਆਰ ਬਿਜ਼ੀ, ਯੂ ਕੈਨ ਸਕਰਾਂਜੀ। ਨੋ ਨੋ ਸਰ, ਆਈ ਐਮ ਨੋਟ ਬਿਜ਼ੀ, ਪਰ ਉਹ ਟਾਈਮ ਸਰ ਥੋੜਾ ਜਿਹਾ ਐਸਾ ਜੀ ਜੀ। ਤੇ ਉਹ ਸਰ ਕੀ ਚੱਕਰ ਹੈ ਕਿ ਆਪਣਾ ਉਸਨੂੰ ਸਬਸਿਡੀ ਤੇ ਡੀਜ਼ਲ ਦੇ ਦਿਓ, ਉਸਨੂੰ ਤੁਸੀਂ ਟੈਕਸ ਵੀ ਤਾਂ ਲਾਏ ਰਹੇ ਹੋ, 30-35 ਰੁਪਏ ਦਾ ਮੰਨ ਲਾ ਆਈ ਥਿੰਕ ਡੀਜ਼ਲ ਆ ਰਿਹਾ, ਪੈਟਰੋਲ ਆ ਰਿਹਾ, ਉਹ 80 ਰੁਪਏ ਲੀਟਰ ਮਿਲ ਰਿਹਾ ਜੀ ਇੰਡੀਆ 'ਚ, ਉਸਨੂੰ ਘਟਾ ਦਿਓ, ਸਬਸਿਡਾਈਜ਼ ਕਰ ਦਿਓ ਵੀ ਇੰਨਾ ਕੁ ਡੀਜ਼ਲ ਤੁਹਾਨੂੰ ਘੱਟ ਰੇਟ 'ਤੇ ਮਿਲੂਗਾ, ਇੰਨਾ ਬੀਜ ਤੁਹਾਨੂੰ ਘੱਟ ਰੇਟ 'ਤੇ ਮਿਲੂਗਾ, ਬੀਜ ਪਰ ਪਹਿਲਾਂ ਵੀ ਸਬਸਿਡੀ ਹੈਗੀ, ਚਲੋ ਕੋਈ ਨਹੀਂ, ਥੋੜ੍ਹੀ ਬਹੁਤੀ ਹੋਰ ਕਰ ਸਕਦੇ ਹਾਂ, ਅਤੇ ਆਪਣਾ ਖਾਦ 'ਤੇ ਸਬਸਿਡੀ ਦੇ ਦਿਓ, ਦੋਹੀਆਂ 'ਤੇ ਸਬਸਿਡੀ ਦੇ ਦਿਓ, ਉਹਨਾਂ ਦੀ ਕੋਸਟਿੰਗ ਘਟਾ ਦਿਓ 10-20 ਰੁਪਏ, 50 ਰੁਪਏ, ਅਗਰ ਤੁਸੀਂ MSP ਘਟਾ ਦਿਓਗੇ ਤਾਂ ਕਿਸਾਨ ਨੂੰ ਕੋਈ ਪ੍ਰੋਬਲਮ ਨਹੀਂ ਆ, ਤੁਹਾਨੂੰ ਵੀ ਤੁਹਾਡਾ ਵੀ ਬਰਾਬਰ ਰੇਸ਼ੋ ਬਣ ਜਾਏ ਕਿ ਤੁਸੀਂ ਵੇਚ ਸਕੋ ਬਾਹਰ ਮਾਰਕੀਟ ਵਿੱਚ ਵੇਚ ਸਕੋ, ਤੇ ਸਾਡੇ ਕਿਸਾਨ ਨੂੰ ਵੀ ਕੋਈ ਲੋਸ ਨਾ ਹੋਵੇ, ਕੋਈ ਵੱਡੀ ਗੱਲ ਥੋੜ੍ਹੀ ਹੈ ਸਰ, ਇਹ ਬੜੀ ਸਿੰਪਲ ਜਿਹੀ ਗੱਲਾਂ ਜਿਹੜੀ ਮੈਂ ਦੱਸੀ ਹੈ ਸਰ, ਉਸਦਾ ਸੋਲੂਸ਼ਨ ਹੈ ਸਰ ਇਹ।
ਤੁਹਾਡੇ ਮਾਰਜਨ ਉਹਨਾਂ ਵੱਧ ਜੂਗਾ, ਉਹਨਾਂ ਮਾਰਜਨ ਘਟਾ ਲਓ, ਕਿਆ ਵੱਡੀ ਗੱਲ ਹੈ ਸਰ ਇਹ। ਇਹ ਸਰ ਇਹਦਾ ਜਿਹੜਾ ਸਭ ਤੋਂ ਜ਼ਿਆਦਾ ਇੰਪੈਕਟ ਪੈਣਾ ਨਾ ਉਹ ਇੱਕ ਆਮ ਕੰਜ਼ਿਊਮਰ ਤੇ ਪੈਣਾ, ਜਦੋਂ ਅੱਜ ਅੱਜ ਸਾਰਾ ਸਾਰਾ ਕੁਝ ਜਿਹੜਾ ਕੰਟਰੋਲਡ ਆ, ਸਰਕਾਰ ਨੇ ਇਹਦੇ ਰੇਟ ਤੈਅ ਕੀਤੇ ਆ, ਸਾਰਾ ਕੁਛ ਆ ਜੀ। ਜੇ 2000 ਦੇ ਕਰੀਬ ਵੀਟ ਆ ਕਣਕ ਆ, ਤੇ ਉਹਦੇ ਤੇ ਤੁਸੀਂ ਉਹਦਾ ਆਟਾ ਬਣਨਾ, ਉਹਦੇ ਭਿਆਈ ਹੋਣੀ, ਸਾਰਾ ਕੁਛ ਵੱਧ ਤੋਂ ਵੱਧ ਜਦੋਂ ਮਾਰਕੀਟ 'ਚ ਜਾਂਦੇ ਜਾਂਦੇ 25 ਹੋ ਜੂਗਾ, 26 ਹੋ ਜੂਗਾ, 27 ਹੋ ਜੂਗਾ, ਕਿਉਂਕਿ ਉਹ ਸਾਰਾ ਕੁਛ ਕੰਟਰੋਲਡ ਆ। ਹੁਣ ਕੱਲ ਨੂੰ ਕੋਈ ਪ੍ਰਾਈਵੇਟ ਬੰਦਾ ਆਉਂਦਾ ਆ, ਉਹ ਸਾਰੇ ਕਿਸਾਨਾਂ ਨੂੰ ਕਹਿੰਦਾ ਵਾ ਕਿ ਤੂੰ ਤੁਸੀਂ ਮੈਨੂੰ ਸਾਰੀ ਜਿਹੜੀ ਫਸਲ ਆ ਤੁਸੀਂ ਮੈਨੂੰ ਵੇਚ ਦਿਓ। ਕਿਸਾਨ ਨੂੰ ਜਦੋਂ MSP ਹੈ ਨਹੀਂ ਆ, ਕਿਸਾਨ ਨੂੰ ਮਜਬੂਰੀ 'ਚ ਉਹਨੂੰ ਘੱਟ ਰੇਟ 'ਤੇ ਵੀ ਵੇਚਣੀ ਪੈਣੀ ਆ। ਜਦੋਂ ਉਹਨੇ ਸਾਰੀ ਆਪਣੀ ਫਸਲ ਜਿਹੜੀ ਆ ਕਿਸਾਨਾਂ ਦੇ ਕੋਲੋਂ ਖਰੀਦ ਲਈ, ਮੰਨ ਲਓ 2-4 ਕਾਰਪੋਰੇਟ ਘਰਾਣੇ ਆ ਜਾਂਦੇ ਆ, ਹਨਾ, ਉਹ ਸਾਰਾ ਕੁਛ ਖਰੀਦ ਲੈਂਦੇ ਆ, ਸਾਰਾ ਸਟਾਕ ਜਿਹੜਾ ਵਾ ਉਹਨਾਂ ਦੇ ਕੋਲ ਚਲੇ ਗਿਆ, ਉਹ ਸਟੋਰ ਕਰ ਲਿਆ, ਫਿਰ ਉਹ 4 ਜਣੇ ਆਪਸ 'ਚ ਰਲ ਕੇ ਕਹਿੰਦੇ ਆ ਵੀ ਹੁਣ ਆਪਾਂ ਜਿਹੜਾ ਵਾ ਇਹਦੀ ਸਪਲਾਈ ਘੱਟ ਕਰ ਦਈਏ ਜਾਂ ਬੰਦ ਕਰ ਦਈਏ, ਜਿਵੇਂ ਆਇਲ ਮਾਰਕੀਟ ਦੇ ਵਿੱਚ ਹੁੰਦਾ। ਚਲੋ ਹੁਣ ਤੇ ਕੰਟਰੀਜ਼ ਦੀ ਆਪਸ 'ਚ ਬਣਦੀ ਨਹੀਂ ਆ, ਜਦੋਂ ਉਹਨਾਂ ਨੇ ਉਹਦੇ ਕਰੂਡ ਆਇਲ ਦੇ ਜਦੋਂ ਰੇਟ ਚੱਕਣੇ ਹੁੰਦੇ ਆ ਤੇ ਉਦੋਂ ਉਹ ਸਲਾਹ ਕਰ ਲੈਂਦੇ ਆ ਵੀ ਆਪਾਂ ਇਹਦਾ ਜਿਹੜਾ ਵਾ ਇਹਦੀ ਜਿਹੜਾ ਆਊਟਪੁੱਟ ਆ ਜਿਹੜਾ ਉਹ ਘੱਟ ਘੱਟ ਕਰ ਦਈਏ, ਮਤਲਬ ਇਹਨੂੰ ਆਪਾਂ ਨਾ ਮਾਰਕੀਟ ਦੇ ਵਿੱਚ ਲੈ ਕੇ ਆਈਏ। ਸੋ ਉਹ ਉਸੇ ਤਰ੍ਹਾਂ ਜਿਹੜੀ ਸਪਲਾਈ ਆ ਉਹਨੂੰ ਘੱਟ ਕਰ ਦਈਏ। ਹੁਣ ਇਹ ਸਪਲਾਈ ਜਿਹੜੀ ਆ, ਮੰਨ ਲਓ ਹੁਣ ਕਣਕ ਦੀ ਆ, ਕਣਕ ਉਹਨਾਂ ਨੇ ਸਟੋਰ ਕਰ ਲਈ, ਤੇ ਆਪਣਾ ਜਿਹੜਾ ਕਲਚਰ ਆ ਆਪਣੇ ਆਪਣੇ ਜਿਹੜੇ ਏਸ਼ੀਅਨ ਲੋਕ ਆ ਉਹ ਜ਼ਿਆਦਾ ਜ਼ਿਆਦਾ ਰੋਟੀ ਤੇ ਡਿਪੈਂਡ ਆ ਵੀ ਉਹਨਾਂ ਦਾ ਕੋਈ ਹੋਰ ਫੂਡ ਨਹੀਂ ਆ। ਵੈਸਟਰਨ ਕੰਟਰੀ ਦੇ ਵਾਂਗੂ ਕੋਈ ਸਬਜ਼ੀ ਖਾ ਲਈ, ਕੋਈ ਫਲ ਖਾ ਲਿਆ ਜਾਂ ਕੁਛ ਬ੍ਰੈਡ ਖਾ ਲਿਆ, ਉਹਨਾਂ ਨੇ ਤੇ ਰੋਟੀ ਖਾਣੀ ਆ। ਕਣਕ ਨੂੰ ਹੀ ਉਹਨਾਂ ਨੇ ਸਪਲਾਈ ਘਟਾ ਦਿੱਤੀ ਮਾਰਕੀਟ ਦੇ ਵਿੱਚ, ਮਾਰਕੀਟ ਦੇ ਵਿੱਚ ਉਹਦੇ ਰੇਟ ਚੜ੍ਹਦੇ ਜਾਣੇ, ਰੇਟ ਹੋ ਸਕਦਾ 30-35-40-50 ਰੁਪਏ ਤੱਕ ਚੱਲ ਜਾਏ, ਤੇ ਫਿਰ ਉਹਨਾਂ ਨੇ ਉਸ ਚੀਜ਼ ਦੇ ਵਿੱਚੋਂ ਜਿਹੜੀ ਚੀਜ਼ ਉਹਨਾਂ 15 ਦੀ ਖਰੀਦੀ ਉਹਨੂੰ ਹੁਣ 50 ਦਾ ਵੇਚ ਕੇ 60 ਦਾ ਵੇਚ ਕੇ ਉਹਨਾਂ ਨੇ ਪ੍ਰੋਫਿਟ ਕੱਟਣਾ, ਤੇ ਉਹਦਾ ਭਾਰ ਕਿਸਾਨ ਤੇ ਫਿਰ ਵੀ ਸਰਵਾਈਵ ਕਰੀ ਜਾਊਗਾ ਮਾੜਾ ਮੋਟਾ ਵਿਚਾਰਾ, ਜਿਹੜਾ 20 ਦੀ ਵੇਚਦਾ ਉਹ 15 ਦੀ ਵੇਚ ਲਈ, 16 ਦੀ ਵੇਚ ਲਈ। ਬਟ ਜਿਹੜੇ ਬੰਦੇ ਨੇ ਇਹਨੂੰ ਖਰੀਦਣਾ ਆ ਉਹਦਾ ਕੀ ਹਾਲ ਹੋਊਗਾ? ਉਹ 35-40 ਜਿਹੜੀ ਚੀਜ਼ 25-26 ਰੁਪਏ ਦੀ ਆ ਉਹਨੂੰ ਉਹ 40-50 ਰੁਪਏ ਦੇ ਵਿੱਚ ਖਰੀਦੂਗਾ? ਓਵਰ ਪ੍ਰਾਈਸ ਮਾਰਕੀਟ ਹੋਇਆ, ਕੰਜ਼ਿਊਮਰ ਨੇ ਸਫ਼ਰ ਕਰ ਜਾਣਾ, ਕਿਉਂਕਿ ਇਕਨੋਮਿਕਸ ਦਾ ਫਾਰਮੂਲਾ ਆ ਉਹਦੇ ਵਿੱਚ ਆਮ ਹੀ ਆਪਾਂ ਪੜ੍ਹਦੇ ਹਾਂ ਕਿ ਡਿਮਾਂਡ ਸਪਲਾਈ ਦਾ, ਕਿ ਜੇ ਤੁਸੀਂ ਡਿਮਾਂਡ ਵਧਾਉਣੀ ਆ ਮਾਰਕੀਟ ਦੇ ਵਿੱਚ ਤੇ ਉਹਦੀ ਜਿਹੜੀ ਸਪਲਾਈ ਆ ਉਹਨੂੰ ਘਟਾ ਦਿਓ ਤੇ ਉਹ ਆਪਣੇ ਆਪ ਹੀ ਵੱਧ ਜਾਏਗੀ। ਸੋ ਇਹ ਸਾਰਾ ਕੁਛ ਵੱਡੇ ਲੋਕਾਂ ਦੇ ਹੱਥਾਂ ਦੇ ਵਿੱਚ ਚਲੇ ਜਾਣਾ ਆ। ਬਾਕੀ ਜਿਹੜੀ ਕੰਟਰੈਕਟ ਫਾਰਮਿੰਗ ਦੀ ਇਹਨਾਂ ਨੇ ਭਾਜੀ ਉਹਨਾਂ ਨੇ ਗੱਲ ਦੱਸੀ ਆ, ਉਹ ਆਲੂਆਂ ਵਾਲੀ, ਉਹ ਸਾਰਾ ਕੁਛ, ਇਹ ਸਾਰਾ ਕੁਛ ਆਲਰੇਡੀ ਹੋ ਚੁੱਕਿਆ। ਮੈਂ ਆਪਣੇ ਨਾਨਕਿਆਂ ਦੀ ਗੱਲ ਦੱਸ ਦਿੰਦਾ, ਅੱਜ ਤੋਂ 10-15 ਸਾਲ ਪਹਿਲਾਂ ਦੀ ਗੱਲ ਹੈ। ਉਹਨਾਂ ਦੇ ਪਿੰਡ ਦੇ ਵਿੱਚ ਇੱਕ ਟਮਾਟੋ ਸੌਸ ਬਣਾਉਣ ਵਾਲੀ ਕੰਪਨੀ ਆਈ ਤੇ ਉਹਨਾਂ ਨੇ ਟਮਾਟਰ ਦੀ ਖੇਤੀ ਕਰਵਾਈ ਉਹਨਾਂ ਦੇ ਕੋਲੋਂ, ਤੇ ਟਮਾਟਰ ਦੀ ਖੇਤੀ ਬੜੀ ਵਧੀਆ, ਮਤਲਬ ਚਲੋ ਉਹਨਾਂ ਨੂੰ 4 ਪੈਸੇ ਬਚ ਗਏ ਜਦੋਂ। ਤੇ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਸੁਪਰਵਾਈਜ਼ਰ ਆਇਆ ਤੇ ਉਹਨੇ ਕਿਹਾ ਕਿ ਇਸ ਤਰ੍ਹਾਂ ਕਰੋ ਕਿ ਤੁਹਾਡੇ ਅਜੇ ਹੋਰ ਅਸੀਂ ਤੁਹਾਡੇ ਕੋਲੋਂ ਟਮਾਟਰ ਖਰੀਦਾਂਗੇ, ਤੁਸੀਂ ਅਗਲੀ ਫਸਲ ਦੀ ਬੁਆਈ ਅਜੇ ਨਾ ਕਰੋ, ਸੋਇੰਗ ਨਾ ਕਰੋ। ਤੇ ਜਦੋਂ ਅਗਲੀ ਕੋਈ ਵੀ ਫਸਲ ਹੁੰਦੀ ਆ ਉਹਦਾ ਇੱਕ ਟਾਈਮ ਹੁੰਦਾ ਆ ਜਦੋਂ ਉਹਨੂੰ ਆਪਾਂ ਬੀਜ ਸਕਦੇ ਹਾਂ, ਜੇ ਉਹਨੂੰ ਆਪਾਂ ਲੇਟ ਕਰਦੇ ਜਾਵਾਂਗੇ ਤੇ ਉਹਦਾ ਜਿਹੜਾ ਵਾ ਯੀਲਡ ਤੇ ਉਹਦੇ ਝਾੜ ਦੇ ਉੱਤੇ ਕਾਫੀ ਫਰਕ ਪੈਂਦਾ ਆ। ਜੇ ਉਹ 20 ਕੁਇੰਟਲ ਨਿਕਲਣੀ ਉਹ ਮਹੀਨਾ ਲੇਟ ਹੋ ਗਈ, 15 ਕੁਇੰਟਲ ਤੇ ਆ ਜਾਊਗੀ। ਉਹਨਾਂ ਨੇ ਕਿਹਾ ਜੀ ਅਸੀਂ ਤੁਹਾਨੂੰ ਹੋਰ ਪੈਸੇ ਦੇਵਾਂਗੇ ਤੇ ਤੁਸੀਂ ਇਹਨੂੰ ਰਹਿਣ ਦਿਓ 10-15 ਦਿਨ, ਅਸੀਂ ਇਹਦੀ ਇੱਕ ਹੋਰ ਤੁੜਾਈ ਕਰਨੀ ਹੈ। ਕਿਸਾਨਾਂ ਨੇ ਉਹਨਾਂ ਨੂੰ ਛੱਡਤਾ ਕਿ ਚਲੋ ਕੋਈ ਨੀ ਆਪਣਾ, ਉਹਨਾਂ ਨੇ ਕੈਲਕੂਲੇਸ਼ਨ ਕਰ ਲਈ ਕਿ ਜੇ ਉਧਰੋਂ ਇੰਨਾ ਝਾੜ ਘਟੂਗਾ ਤੇ ਇਧਰੋਂ ਆਪਾਂ ਨੂੰ ਇੰਨੇ ਪੈਸੇ ਆ ਜਾਣੇ। ਉਹ 15 ਦਿਨ ਬਾਅਦ ਕੰਪਨੀ ਭੱਜ ਗਈ, ਕੰਪਨੀ ਕਹਿੰਦੀ ਜੀ ਅਸੀਂ ਹੁਣ ਹੋਰ ਨਹੀਂ ਖਰੀਦਣੇ, ਉਹ ਜਿਹੜੇ ਟਮਾਟਰ ਸੀ ਉਹ ਜ਼ਮੀਨਾਂ ਦੇ ਵਿੱਚ ਹੀ ਉਹਨਾਂ ਨੂੰ ਵਾਹਣੇ ਪਏ ਤੇ ਦੂਸਰੀ ਫਸਲ ਵੀ ਉਹਨਾਂ ਦੀ ਲੇਟ ਹੋ ਗਈ ਤੇ ਉਹ ਜਿਹੜੀ ਆ ਉਹਨਾਂ ਨੂੰ, ਤੁਸੀਂ ਆਪ ਸੋਚ ਲਓ ਵੀ ਉਹ ਕਿੰਨਾ ਉਹਦੀ ਯੀਲਡ ਦੇ ਵਿੱਚ ਵੀ ਫਰਕ ਪਿਆ, ਕਿੰਨਾ ਲਾਸ ਹੋਇਆ। ਦੂਸਰੀ ਗੱਲ ਇਹਨਾਂ ਨੇ ਸਰ ਇਹਨਾਂ ਦੀ ਬੇਈਮਾਨੀ ਜਿਹੜੀ ਨੀਤ ਦੇ ਵਿੱਚ ਖੋਟ ਆ ਉਹ ਇੱਥੋਂ ਪਤਾ ਲੱਗਦੀ ਆ ਕਿ ਕਿਉਂ ਨੀ ਇਹ ਕਹਿ ਦਿੰਦੇ ਵੀ ਜੇ ਕਿਸਾਨ ਦੇ ਨਾਲ ਕੱਲ ਨੂੰ ਕੋਈ ਕੋਈ ਧੋਖਾਧੜੀ ਹੁੰਦੀ ਹੈ, ਕੋਈ ਫਰੋਡ ਹੁੰਦਾ ਆ ਤੇ ਉਹ ਕੋਰਟ ਦੇ ਵਿੱਚ ਚਲਾ ਜਾਵੇ? ਕਿਉਂ ਉਹਨੂੰ ਕਲੈਕਟਰ ਤੱਕ ਸੀਮਿਤ ਕਰਤਾ ਆ ਕਿ ਜੇ SDM ਕੋਲ ਜਾਊਗਾ? ਜੇ SDM ਕੋਲ ਨਹੀਂ ਹੁੰਦਾ ਤੇ ਸਿਰਫ ਉਹ ਕਲੈਕਟਰ ਤੱਕ ਜਾ ਸਕਦਾ ਆ ਤੇ ਕਲੈਕਟਰ ਤੋਂ ਬਾਅਦ ਚੋਂ ਕਿਤੇ ਨਹੀਂ ਜਾ ਸਕਦਾ। ਤੇ ਸ਼ਾਇਦ ਮੈਨੂੰ ਪੂਰਾ ਨਹੀਂ ਪਤਾ ਭਾਜੀ, ਸ਼ਾਇਦ ਤੁਹਾਨੂੰ ਪਤਾ ਹੋਵੇ ਕਿ ਉਹਦੇ ਸੈਕਸ਼ਨ 15 ਦੇ ਵਿੱਚ ਇਹ ਵੀ ਲਿਖਿਆ ਗਿਆ ਕਿ ਜੇ ਉਹ ਕਿਸਾਨ ਦੇ ਫੇਵਰ 'ਚ ਫੈਸਲਾ ਨਹੀਂ ਹੁੰਦਾ ਤੇ ਫਿਰ ਉਹਦਾ ਜਿਹੜਾ ਹਰਜਾਨਾ ਵਾ ਉਹ ਸਾਰਾ ਕਿਸਾਨ ਨੂੰ ਭਰਨਾ ਪੈ ਸਕਦਾ, ਸ਼ਾਇਦ ਉਹਦੀ ਕੁਰਕੀ ਵੀ ਹੋ ਸਕਦੀ ਜ਼ਮੀਨ ਦੀ। ਨਹੀਂ ਚਲੋ ਅਪੀਲ ਵੀ ਨਹੀਂ ਕਰ ਸਕਦਾ ਸਰ, ਇਹ ਵੀ ਨਾਲ ਜੁੜਿਆ ਹੋਇਆ। ਦੇਖੋ ਪਤਾ ਕੀ ਚੱਕਰ ਹੈ, ਮੇਰਾ ਕਹਿਣ ਦਾ ਮਤਲਬ ਸਰ ਇਹ ਆ ਕਿ ਅਗਰ ਤੁਸੀਂ ਪ੍ਰਾਈਵੇਟ ਕਿਸੇ ਕੰਟਰੈਕਟ ਫਾਰਮਿੰਗ ਵੀ ਕਰਨੀ ਆ, ਵਾਈ ਨਾਟ ਥਰੂ ਗੌਰਮੈਂਟ? ਤੁਹਾਡੇ ਕੋਲ ਆਲਰੇਡੀ ਏਜੰਸੀ ਹੈ, ਤੁਹਾਨੂੰ ਤਾਂ ਕੁਛ ਕਰਨਾ ਨਹੀਂ ਸਰ, ਤੁਹਾਡੇ ਕੋਲ ਆਲਰੇਡੀ ਤੁਹਾਡੇ ਕੋਲ ਸਿਸਟਮ ਬਣਿਆ ਹੋਇਆ ਹੈ ਨੀ, ਤੁਸੀਂ ਕੰਟਰੈਕਟ ਫਾਰਮਿੰਗ ਕਰੋ, ਤੁਸੀਂ ਹੋਰ ਪੈਸਾ ਵਧਾਓ। ਸਰ ਮੈਂ ਤੁਹਾਨੂੰ ਛੋਟੀ ਜਿਹੀ ਗੱਲ ਦੱਸਾਂ ਸਰ, ਤੁਸੀਂ ਤੁਹਾਨੂੰ ਸਾਡੇ ਤੋਂ ਜ਼ਿਆਦਾ ਨੌਲੇਜ ਆ, ਚਾਈਨਾ ਦੇ ਵਿੱਚ ਸਰ ਇੱਕ ਐਸੀ ਕੰਡੀਸ਼ਨ ਆ ਗਈ ਸੀ ਕਿ ਘਾਸ ਖਾਣ ਨੂੰ ਲੋਕ ਮਜਬੂਰ ਹੋ ਗਏ ਸੀ ਸਰ, 10-15 ਸਾਲ ਪਹਿਲਾਂ ਬਹੁਤ ਜ਼ਿਆਦਾ ਸਰ, ਕਿਉਂਕਿ ਪਬਲਿਕ ਜ਼ਿਆਦਾ ਸੀ ਅਤੇ ਖਾਣ ਪੀਣ ਦੀ ਵੀ ਕਮੀ ਹੋ ਗਈ ਸੀ ਸਰ, ਅਤੇ ਚਾਈਨਾ ਨੇ ਕੀ ਕੀਤਾ ਸਰ, ਉਹ ਜਿਹੜੀ ਸਭ ਤੋਂ ਬੜੀ ਕਮਜ਼ੋਰੀ ਸੀ ਉਸਨੂੰ ਆਪਣੀ ਸਭ ਤੋਂ ਬੜੀ ਪਾਵਰ ਬਣਾ ਲਿਆ ਸਰ। ਮੈਨੂਫੈਕਚਰਿੰਗ ਫੀਲਡ 'ਚ ਵੜ ਗਏ ਸਰ, ਉਹਨਾਂ ਨੇ ਟੈਕਨੀਕਲ
ਤਾਂ ਇੰਡੀਆ ਦੇ ਅੰਦਰ, ਇੰਡੀਆ ਦੇ ਅੰਦਰ ਵੀ ਅਗਰ ਤੁਹਾਡੇ ਕੋਲ ਅਨਾਜ ਜ਼ਿਆਦਾ ਹੈ ਤਾਂ ਉਸਨੂੰ ਆਪਣੀ ਤਾਕਤ ਬਣਾਓ, ਆਪਣੀ ਕਮਜ਼ੋਰੀ ਕਿਉਂ ਬਣਾ ਰਹੇ ਹਾਂ ਸਰ? ਸਰ ਜਿਹੜਾ ਹੁਣ ਗ੍ਰੀਨ ਰੈਵੋਲਿਊਸ਼ਨ ਆ 1963 ਚ ਆਇਆ ਸੀਗਾ ਤੇ ਉਹ ਉਸਦੇ ਉੱਪਰ ਕਿਸਾਨਾਂ ਨੇ ਕੰਮ ਕਰਿਆ, ਕਿਸਾਨ ਨੇ ਆਪਣੀ ਪ੍ਰੋਡਿਊਸ ਨੂੰ ਡਬਲ ਕਰ ਲਿਆ, ਤਾਂ ਕਿ ਸਰਕਾਰ ਦਾ ਫਰਜ਼ ਕੀ ਬਣਦਾ ਸਰ? ਉਸ ਜਿਹੜੀ ਪ੍ਰੋਡਿਊਸ ਕਿਸਾਨ ਕਰ ਰਿਹਾ ਉਸਨੂੰ ਚੰਗੇ ਤਰੀਕੇ ਨਾਲ ਉਸਨੂੰ ਵੇਚਿਆ ਜਾਵੇ ਜੀ, ਉਸਨੂੰ ਚੰਗੀ ਤਰ੍ਹਾਂ ਉਸਨੂੰ ਯੂਟੀਲਾਈਜ਼ ਕਰਿਆ ਜਾਵੇ ਤਾਂ ਕਿ ਉਸਦਾ ਬੈਨੀਫਿਟ ਗੌਰਮੈਂਟ ਨੂੰ ਵੀ ਮਿਲ ਸਕੇ, ਚਲੋ ਕਿਸਾਨ ਨੂੰ ਤਾਂ ਮਿਲੂਗਾ ਹੀ ਮਿਲੂਗਾ ਸਰ। ਤਾਂ ਉਸ ਚੀਜ਼ ਨੂੰ ਉਸ ਤਰੀਕੇ ਨਾਲ ਸੋਚਣਾ ਚਾਹੀਦਾ ਨਾ ਕਿ ਇਹ ਕਾਨੂੰਨ ਚੇਂਜ ਕਰਕੇ ਉਸਨੂੰ ਤੁਸੀਂ ਹੋਰ ਮਾਰੋ। ਅਗਰ ਤੁਸੀਂ ਕਹਿ ਰਹੇ ਹੋ ਤੁਸੀਂ ਕਣਕ ਨਾ ਬੀਜੋ, ਤੁਸੀਂ ਝੋਨਾ ਨਾ ਲਾਓ, ਇਹ ਇਹ ਕਹਿ ਰਹੇ ਹਾਂ ਨਾ, ਇਸਦਾ ਮਤਲਬ ਤਾਂ ਇਹ ਹੋ ਗਿਆ ਤੁਸੀਂ ਇਹ ਚੀਜ਼ਾਂ ਨਾ ਲਾਓ, ਕੋਈ ਲੋੜ ਨਹੀਂ ਸੀ ਨਹੀਂ ਖਰੀਦਣੀ। ਤੁਸੀਂ ਡੀਮੋਰਲਾਈਜ਼ ਕਰ ਰਹੇ ਹੋ, ਤੁਸੀਂ ਇੱਕ ਚੀਜ਼ ਨੂੰ, ਸਿਸਟਮ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹੋ, ਉਹ ਉਸਨੂੰ ਕਰਨ ਦੀ ਲੋੜ ਨਹੀਂ ਹੈ। ਜਿਹੜੀ ਫਸਲ ਹੈ ਸਰ ਉਸ ਨੂੰ ਚੰਗੀ ਤਰ੍ਹਾਂ ਯੂਟੀਲਾਈਜ਼ ਤਰੀਕੇ ਨਾਲ, ਜੇ ਹੁਣ ਮੈਂ 11-21 ਬਾਸਮਤੀ ਦੀ ਇੱਕ ਐਗਜ਼ਾਮਪਲ ਦਿਆ, ਜੇ ਗੌਰਮੈਂਟ ਦੀ ਇਨਵੋਲਵਮੈਂਟ ਹੁੰਦੀ ਸਰ, ਨਾ ਸਰ ਉਸ ਹੇਰਾਫੇਰੀ ਹੁੰਦੀ, ਨਾ ਸਿਸਟਮ ਇੰਨਾ ਵਧੀਆ ਬਣ ਗਿਆ ਸੀ, ਸਿਸਟਮ ਇੰਨਾ ਵਧੀਆ ਬਣ ਗਿਆ ਸੀ ਸਰ ਕਿ ਲੋੜੇ ਨਹੀਂ ਸੀ ਡਾਇਵਰਸੀਫਿਕੇਸ਼ਨ ਦੀ, ਲੋੜੇ ਨਹੀਂ ਸੀ ਕਿਸੇ ਚੀਜ਼ ਦੀ, ਨਾ ਬਿੱਲ ਲੈਣ ਦੀ ਲੋੜ ਸੀ। ਹਰ ਬੰਦਾ ਬਾਸਮਤੀ ਲਾਉਂਦਾ, ਸਾਡੀ ਬਾਹਰ ਵਿਕਦੀ, ਸਾਨੂੰ ਚੰਗਾ ਰੇਟ ਮਿਲਦਾ, ਸਾਨੂੰ ਕੀ ਲੋੜ ਸੀ MSP ਤੇ ਫਸਲ ਵੇਚਣ ਦੀ? ਉਸਦੀ ਕਿਹੜਾ ਕੋਈ MSP ਦੀ ਸਰ? ਪ੍ਰਾਈਵੇਟ ਬੰਦਿਆਂ ਨੇ ਖਰੀਦਿਆ ਉਸਨੂੰ ਬਾਸਮਤੀ ਨੂੰ, ਤੁਸੀਂ ਕਿਉਂ ਨਹੀਂ ਕੰਟਰੋਲ ਕਰ ਪਾਏ ਉਸ ਪਰ ਹੁਣ ਤਾਈ? ਹੋਰ ਦੇਖ ਲਓ ਗੰਨੇ ਵਾਲੇ ਪ੍ਰਾਈਵੇਟ ਮਿੱਲਾਂ ਪੈਸੇ ਨਹੀਂ ਦਿੰਦੀ, ਗੌਰਮੈਂਟ ਕੀ ਕਰਦੀ ਹੈ ਜੀ? ਕੰਟਰੈਕਟ ਫਾਰਮਿੰਗ ਸਰ, ਕੰਟਰੈਕਟ ਫਾਰਮਿੰਗ ਜੀ, ਜਿਹੜਾ ਕੰਟਰੈਕਟ ਕਰ ਰਿਹਾ ਉਸੀ ਦੇ ਤਾਂ ਸਾਰੇ ਲਾਅ, ਉਸੀ ਦੇ ਹੱਕ 'ਚ ਆ ਨਾ, ਸਾਨੂੰ ਤਾਂ ਕੀ ਮਿਲੂਗਾ? ਅਸੀਂ ਤਾਂ ਜ਼ਿਮੀਦਾਰ ਹਾਂ, ਖੇਤ 'ਚ ਬੈਠੇ ਹਾਂ, ਕੋਈ ਆ ਗਿਆ ਲੈ ਗਿਆ, ਲੈ ਗਿਆ ਨਹੀਂ ਲੈ ਗਿਆ ਨਾ ਲੈ ਗਿਆ, ਕੱਲ ਨੂੰ ਰੇਟ ਸਰ ਕੰਮ ਘੱਟ ਹੋ ਜਾਵੇ, ਜਦੋਂ ਉਸਦੀ ਹਾਰਵੈਸਟਿੰਗ ਹੋਣੀ ਆ ਫਸਲ ਦੀ, ਉਸ ਟਾਈਮ ਰੇਟ ਘੱਟ ਹੋਵੇ, ਕੰਪਨੀ ਪਾਗਲ ਥੋੜ੍ਹੀ ਹੋ ਤੁਹਾਡੇ ਤੋਂ ਸਮਾਨ ਖਰੀਦੂਗੀ, ਉਸ ਪਰ ਕਿਹੜੀ ਲਾਇਬਿਲਟੀ ਹੈ ਖਰੀਦਣ ਦੀ? ਕਿਉਂ ਖਰੀਦੂਗੀ ਉਹ? ਸਰ ਇਹਦੇ ਚ ਜਿਹੜੀ ਇਹਨਾਂ ਨੇ ਜਿਹੜੀ ਪ੍ਰਾਈਵੇਟਾਈਜੇਸ਼ਨ ਦੀ ਗੱਲ ਕਰਦੇ ਹਨਾ, ਜਿਹੜੀ ਜਿਹੜੀ 11-21 ਦੀ ਇਹ ਗੱਲ ਕਰਦੇ ਸਾਡੇ ਪੰਜਾਬ ਹਰਿਆਣੇ ਚ ਬਹੁਤ ਹੁੰਦੀ ਆ, 11-21 ਵੀ ਉਹ ਉਹ MSP ਦੇ ਅੰਡਰ ਆਉਂਦੀ ਨੀ, ਉਹਨੂੰ ਪ੍ਰਾਈਵੇਟ ਲੋਕ ਹੀ ਖਰੀਦਦੇ, ਉਹਨੂੰ ਸਟਾਕਿਸਟ ਹੀ ਖਰੀਦਦੇ ਆ, ਉਹਨੂੰ ਵਪਾਰੀ ਖਰੀਦਦੇ ਆ। 11-21 ਬਾਈ ਜੀ MSP ਦੇ ਅੰਡਰ ਨਹੀਂ ਹੈਗੀ 11-21, ਨੋ 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 ਨਹੀਂ, ਮੈਂ MSP ਦੇ ਅੰਡਰ ਨਹੀਂ ਹੈ, ਉਹੀ ਉਹੀ ਚੀਜ਼ ਕਰ ਰਹੇ, ਉਹੀ ਕਹਿ ਰਹੇ। ਹਾਂਜੀ ਹਾਂਜੀ ਹਾਂ, ਬਿਲਕੁਲ ਬਿਲਕੁਲ ਬਿਲਕੁਲ, ਹੱਲੇ ਆਓ ਹੁਣ 11-21 2007 ਦੇ ਵਿੱਚ 11-21 ਦਾ ਰੇਟ ਜਿਹੜਾ ਸੀ ਉਹ 3600-3700 ਰੁਪਏ ਤੱਕ ਗਿਆ ਸੀ 2006-07 ਦੇ ਵਿੱਚ। ਅੱਜ 2020 ਆ, ਖਤਮ ਹੋਣ ਤੇ ਆ ਗਿਆ, 14 ਸਾਲ ਹੋ ਗਏ ਆ, ਅੱਜ ਉਹਦਾ ਰੇਟ 2600 ਆ, ਤੇ ਕਿੰਨਾ ਕਿੰਨਾ ਕਿ ਲੋਕਾਂ ਨੂੰ ਉਹਦੇ ਵਿੱਚ ਫਾਇਦਾ ਹੋਇਆ, ਉਹਨਾਂ ਨੂੰ ਤੇ ਘਾਟਾ ਹੋਇਆ, ਕਿੰਨੇ ਕੁ ਦੇ ਰੇਟ ਬਹੁਤ ਵੱਡਾ, ਤੁਸੀਂ ਆਪ ਸੋਚੋ, ਇਹ ਇਹ ਪ੍ਰਾਈਵੇਟ ਲੋਕਾਂ ਦੇ ਹੱਥ 'ਚ ਹੈ, ਪ੍ਰਾਈਵੇਟ ਦੀ ਗੱਲ ਕਰਦੇ ਨਾ, ਲਾਈਵ ਐਗਜ਼ਾਮਪਲ ਹੈ, ਉਸੀ ਦਾ ਰੇਟ ਜਿਹੜਾ ਵਾ ਉਸ ਟਾਈਮ ਜੇ ਉਹ 3600 ਸੀ ਤੇ ਅੱਜ 14 ਸਾਲ ਹੋ ਗਏ ਆ, ਅੱਜ ਘੱਟੋ ਘੱਟ ਜ਼ਿਆਦਾ ਨਹੀਂ ਤੇ 4500-5000 ਤੇ ਉਹਦਾ ਹੋਣਾ ਚਾਹੀਦਾ ਸੀ, ਉੱਪਰ ਨੂੰ ਜਾਣਾ ਸੀ ਜਾਂ ਨੀਚੇ ਆਉਣਾ ਸੀ। ਇੱਕ ਟਾਈਮ ਇੱਕ ਸਾਲ ਆਇਆ ਸੀ ਜਦੋਂ ਉਹਦਾ 5000 ਦੇ ਕਰੀਬ ਰੇਟ ਮਿਲਿਆ ਸੀ, ਬਿਲਕੁਲ ਸਰ, ਉਸ ਤੋਂ ਬਾਅਦ ਇਹੋ ਜਿਹਾ ਟਾਈਮ ਵੀ ਆਇਆ ਸੀ ਕਿ ਜਦੋਂ ਉਹਦਾ ਰੇਟ 1400-1500-1600 ਤੱਕ ਵੀ ਚਲੇ ਗਿਆ ਸੀ। ਸੋ ਇਹ 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 ਕੰਮ ਆ ਪ੍ਰਾਈਵੇਟ ਲੋਕਾਂ ਦਾ, ਇਹ ਇਹਦੇ ਵਿੱਚ ਜਿਹੜਾ ਵਾ ਇਹ ਸਰਕਾਰ ਹੀ ਕਿਸਾਨਾਂ ਨੂੰ ਆਪਣੇ ਆਪਣੇ ਹੇਠਾਂ ਰੱਖ ਕੇ, ਆਪਣੇ ਕੰਟਰੋਲ ਦੇ ਹੇਠਾਂ ਰੱਖ ਕੇ, ਕੰਟਰੋਲ ਕਰਕੇ ਜਿਹੜਾ ਵਾ ਉਹਨਾਂ ਨੂੰ ਬਚਾ ਸਕਦੀ ਹੈ। ਅਦਰਵਾਈਜ਼ ਜਦੋਂ ਇਹ ਪ੍ਰਾਈਵੇਟ ਲੋਕਾਂ ਦੇ ਹੱਥ 'ਚ ਚਲਾ ਗਿਆ ਉਦੋਂ ਇਹ ਕੁਛ ਨਹੀਂ ਬਚਣਾ। ਇਹ ਬਾਕੀ ਜਿਹੜੀ ਗੱਲ ਆ, ਇਹ ਕਹਿ ਸਕਦੇ ਹਾਂ ਆਪਾਂ ਵੀ ਇਹ ਜਿਹੜੀ ਲੌਬੀ ਹੋ ਰਹੀ ਵੱਡੇ ਕਾਰਪੋਰੇਟ ਘਰਾਣਿਆਂ ਵੱਲੋਂ, ਇਹ ਉਹਨਾਂ ਦਾ ਹੀ ਸਾਰਾ ਕੁਛ ਹੋ ਸਕਦਾ, ਕਿਉਂਕਿ ਸਰਕਾਰ ਨੂੰ ਇੱਕ ਰਸਤਾ ਨਿਕਲ ਮਿਲਣ ਦਿਆ ਕਿ ਅਸੀਂ ਇਹਦੇ ਵਿੱਚੋਂ ਕਿਸੇ ਤਰੀਕੇ ਨਾਲ ਨਿਕਲ ਜਾਈਏ। ਹੁਣ ਦੂਸਰੀ ਗੱਲ ਹੈ ਸਰ, ਜਿਹੜਾ ਜਿਹੜਾ ਇੱਕ ਕੰਪਨੀ ਆ ਰਹੀ ਆ ਵੀ ਮੈਂ ਕੰਟਰੈਕਟ ਫਾਰਮਿੰਗ ਕਰਵਾਉਣੀ, ਉਹਨੂੰ ਕੀ ਪਤਾ ਵੀ ਕਿਹੜੇ ਕਿਸਾਨ ਦੀ ਹਰ ਪਿੰਡ ਦੇ ਵਿੱਚ, ਹਰ ਜ਼ਮੀਨ ਦੇ ਵਿੱਚ, ਈਵਨ ਇੱਕ ਏਕੜ ਦੇ ਵਿੱਚ ਵੀ ਜ਼ਮੀਨ ਦਾ ਇੱਕ ਨੇਚਰ ਵੱਖਰਾ ਹੁੰਦਾ ਵੀ ਕਿਤੇ ਕੋਈ ਫਸਲ ਜ਼ਿਆਦਾ ਹੁੰਦੀ ਹੈ, ਕਿਤੇ ਜਾ ਕੇ ਕੋਈ, ਉਹ ਕਿਵੇਂ ਸਾਰੇ ਪਿੰਡ ਦੇ ਨਾਲ ਕੰਟਰੈਕਟ ਕਰਕੇ ਉਹਦੀ ਜ਼ਮੀਨ ਲੈ ਕੇ ਤੇ ਉੱਤੇ ਇੱਕੋ ਫਸਲ ਬੀਜ ਸਕਦਾ? ਕਦੀ ਵੀ ਨਹੀਂ ਉਹ ਇਸ ਤਰ੍ਹਾਂ ਕਰ ਸਕਦਾ। ਹੁਣ ਜਿਵੇਂ ਪੰਜਾਬ ਹਰਿਆਣਾ ਦੇ ਕੋਲ ਆ, GI ਦਾ ਸਟੇਟਸ ਆ ਸਾਡੇ ਇੱਧਰ, ਜਿਹੜਾ ਨੌਰਥ ਇੰਡੀਆ ਦੇ ਕੋਲ ਆ, ਕਿ ਜੀਓਗ੍ਰਾਫੀਕਲ ਇੰਡੀਕੇਟਰ ਬਾਸਮਤੀ ਦਾ, ਦੁਨੀਆਂ ਦੇ ਵਿੱਚ ਜਿਹੜੀ ਬਾਸਮਤੀ ਪੰਜਾਬ ਹਰਿਆਣਾ ਜਾਂ ਪੱਛਮੀ ਉੱਤਰ ਪ੍ਰਦੇਸ਼ ਦੇ ਵਿੱਚ ਹੋ ਜਾਣੀ ਹੈ ਜਾਂ ਲੈਂਦੇ ਪੰਜਾਬ ਦੇ ਕੁਛ ਏਰੀਆ ਦੇ ਵਿੱਚ ਹੋ ਜਾਣੀ ਆ, ਉਹ ਦੁਨੀਆਂ ਦੇ ਵਿੱਚ ਹੋਰ ਕਿਤੇ ਨਹੀਂ ਪੈਦਾ ਹੋ ਸਕਦੀ, ਜਿੱਥੇ ਮਰਜ਼ੀ ਕਰਕੇ ਵੇਖ ਲਓ GI ਦਾ ਸਟੇਟਸ ਹੈ ਸਾਡੇ ਕੋਲ। ਜੇ ਉਸ ਸਟੇਟਸ ਨੂੰ ਇਹ ਤੋੜ ਕੇ ਜੇ ਉਹਦੇ ਵਿੱਚ ਘੁਸਪੈਠ ਕਰਕੇ ਕੋਈ ਹੋਰ ਚੀਜ਼ ਬੀਜਣ ਦੀ ਕੋਸ਼ਿਸ਼ ਕਰਨਗੇ ਤੇ ਉੱਥੋਂ ਇਹ ਕੀ ਖੱਟ ਲੈਣਗੇ? ਜੇ ਆਪਣੀ ਬਾਸਮਤੀ ਜਿਹੜੀ ਆ ਸਾਡੀ ਦੁਨੀਆਂ ਦੇ ਵਿੱਚ ਮਸ਼ਹੂਰ ਆ, ਅੱਜ ਆਪਾਂ ਕੈਨੇਡਾ ਦੇ ਵਿੱਚ ਵੀ ਆਪਣੇ ਉੱਥੋਂ ਦੇ ਚਾਵਲ ਹੀ ਖਾਂਦੇ ਆ, ਤੁਹਾਨੂੰ ਪਤਾ ਹੀ ਆ ਮਾਰ ਕੇ ਲੱਗੇ ਹੁੰਦੇ ਸਾਰੇ ਉੱਥੋਂ ਦੇ, ਜੇ ਉਹਨੂੰ ਹੀ ਆਪਣੀ ਇਮਾਨਦਾਰੀ ਨਾਲ ਵੇਚਦੇ ਨਾ ਤੇ ਉਹ ਇੱਕ ਦੁਨੀਆਂ ਦਾ ਸਭ ਤੋਂ ਵੱਡਾ ਬ੍ਰਾਂਡ ਬਣਿਆ ਹੁੰਦਾ। ਬਿਲਕੁਲ ਸਰ, ਬਿਲਕੁਲ ਜੀ ਬਿਲਕੁਲ। ਸਰ ਦੇਖੋ ਨਾ, ਹੁਣ 8-9 ਫਸਲਾਂ ਹੋਰ ਵੀ ਹੈਗੀਆਂ ਜਿਨ੍ਹਾਂ ਦੇ MSP ਹੈਗੀ, ਸਰੋਂ ਆ, ਮੱਕੀ ਆ, ਕੋਈ ਖਰੀਦਦਾ ਤਾਂ ਹੈ ਨਹੀਂ MSP ਦੇ, MSP ਤੋਂ 500-600 ਰੁਪਏ ਘੱਟ MSP ਦੇ, MSP ਦੇ ਅੰਡਰ ਜਿਹੜੀਆਂ ਨੇ 22 ਫਸਲਾਂ ਆ ਤੇ ਉਹਨਾਂ ਦੀਆਂ ਜਿਹੜੀਆਂ ਮੇਨ ਰਹਿ ਜਾਂਦੀਆਂ ਉਹ ਸਿਰਫ ਕਣਕ ਤੇ ਝੋਨਾ ਹੀ ਰਹਿ ਜਾਂਦਾ, ਬਸ ਬਸ ਸਰ, ਬਾਕੀ ਹੋਰ ਕੋਈ ਫਸਲ ਨਹੀਂ ਖਰੀਦ ਰਿਹਾ। ਉਸ ਪਰ ਤਾਂ ਗਵਰਨਮੈਂਟ ਕੁਛ ਕਰਦੀ ਨਹੀਂ, ਕੋਈ ਲਾਅ ਨਹੀਂ ਬਣਾਉਂਦੀ,
ਉਸ ਪਰ ਵੀ ਲਾਅ ਬਣਾ ਦਿਓ ਨਾ ਵੀ ਹੁਣ ਜਿਹੜੀ ਸਰਸੋਂ ਆ ਤਾਂ ਹੀ ਪ੍ਰਮੋਟ ਕਰੋਗੇ ਤੁਸੀਂ ਸਰਸੋਂ ਬੀਜਣ ਨੂੰ ਮੱਕੀ ਬੀਜਣ ਨੂੰ ਉਸ ਪਰ ਲਾਅ ਬਣਾ ਦਿਓ ਵੀ ਇਸ ਤੋਂ ਘੱਟ ਕੋਈ ਵੀ ਖਰੀਦ ਨਹੀਂ ਸਕਦਾ ਬਾਈ ਜਿਹੜਾ ਖਰੀਦੂ ਇਸ ਤੋਂ ਵੱਧ ਖਰੀਦੇ ਦੂਸਰੀ ਗੱਲ ਜੇ ਇਹਨਾਂ ਨੇ ਸੁਧਾਰ ਹੀ ਲਿਆਉਣਾ ਆ ਜੇ 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 ਗਵਰਨਮੈਂਟ ਦੀ ਨੀਤ ਸਾਫ਼ ਹੈ ਜੇ ਉਹਨੇ ਸੁਧਾਰ ਹੀ ਲਿਆਉਣਾ ਹੈ ਉਹ ਇਸ ਤਰ੍ਹਾਂ ਕਰ ਦੇਵੇ ਉਹ ਲੋਕਾਂ ਨੂੰ ਪ੍ਰੇਰਿਤ ਕਰੇ ਵੀ ਤੁਸੀਂ ਜਿਹੜੀ ਆ ਜੇ ਸਾਡੇ ਕੋਲ ਬਫਰ ਸਟਾਕ ਹੈਗਾ ਆ ਤੁਸੀਂ ਐਂ ਕਰੋ ਵੀ ਤੁਸੀਂ ਔਰਗੈਨਿਕ ਫਾਰਮਿੰਗ ਵੱਲ ਜਾਓ ਉਹ ਕਿਵੇਂ ਜਾਓ ਔਰਗੈਨਿਕ ਫਾਰਮਿੰਗ ਜਿਹਨੇ ਕਰਨੀ ਆ ਉਹਨੂੰ ਉਹਨੂੰ ਪਤਾ ਹੈ ਕਿ ਮੇਰੀ ਯੀਲਡ ਘਟਣੀ ਆ 2-3 ਸਾਲ 4 ਸਾਲ ਤੱਕ ਹਨਾ ਤੁਸੀਂ ਮੰਡੀਆਂ ਦੇ ਵਿੱਚ ਆਪਣੀ ਮਸ਼ੀਨਰੀ ਲਿਆਓ ਤੁਸੀਂ ਉੱਥੇ ਰੱਖੋ ਵੀ ਜਿਹੜਾ ਕਿਸਾਨ ਆ ਸਭ ਤੋਂ ਘੱਟ ਜ਼ਹਿਰ ਯੂਜ਼ ਕਰੂਗਾ ਜਿਹਦਾ ਰੈਜ਼ੀਡਿਊਲ ਇਫੈਕਟ ਸਭ ਤੋਂ ਘੱਟ ਹੋਊਗਾ ਅਸੀਂ ਟੈਸਟ ਕਰਦੇ ਮੰਡੀ ਦੇ ਵਿੱਚ ਟੈਸਟ ਕਰਦੇ ਹਾਂ ਉਹਦਾ ਰੇਟ ਉਹਨਾਂ ਨੂੰ ਵੱਧ ਲੱਗੂਗਾ ਕਿਹੜਾ ਕਿਸਾਨ ਆ ਜਿਹੜਾ ਜਾਣ ਬੁੱਝ ਕੇ ਆਪਣੀ ਫਸਲ ਦੇ ਉੱਤੇ ਜ਼ਹਿਰ ਛਿੜਕੂਗਾ ਜਾਂ ਉਹ ਕਰੂਗਾ ਉਹ ਕਹੂਗਾ ਫਸਲ ਘੱਟ ਨਿਕਲ ਆਵੇ ਕੋਈ ਚੱਕਰ ਨਹੀਂ ਮੈਨੂੰ ਰੇਟ ਵਧੀਆ ਮਿਲ ਜਾਣਾ ਉਹਦੇ ਮੁਕਾਬਲੇ ਮੈਂ ਕੰਪਨਸੇਟ ਹੋ ਜਾਣਾ ਇਹੋ ਜਿਹੇ ਕੰਮ ਕਰੇ ਨਾ ਕਿ ਨਾ ਕਿ ਉਹਨੂੰ ਬਿਲਕੁਲ ਡੋਬਣ ਦੀ ਤਰ੍ਹਾਂ ਤੇ ਤੁਸੀਂ ਸੋਚੋ ਵੀ ਜੇ ਸਾਡੀ ਜੇ ਇੰਡੀਆ ਵਰਗੀ ਕੰਟਰੀ ਜਿਹੜੀ ਇੰਨੀ ਫਸਲ ਜਿਹੜੀ ਆ ਜਿਹਦੇ ਕੋਲ ਇੰਨੀ ਕ੍ਰੋਪ ਹੁੰਦੀ ਆ ਜੇ ਉਹਦੀ ਕਿਤੇ ਉਨੀ ਫਸਲ ਹੀ ਉਹ ਆਰਗੈਨਿਕ ਦੇ ਵਿੱਚ ਚੇਂਜ ਹੋ ਜੇ ਤੇ ਉਹ ਦੁਨੀਆ ਦੇ ਵਿੱਚ ਕਿੰਨਾ ਵਪਾਰ ਕਰ ਸਕਦੇ ਆ ਗੁਰਪ੍ਰੀਤ ਮੇਰੇ ਖਿਆਲ ਤੁਹਾਡੇ ਫੋਨਸ ਆ ਰਹੇ ਹਨ ਕਾਫੀ ਸੋ ਹਾਂਜੀ ਸਰ ਇਸ ਚੀਜ਼ ਨੂੰ ਸਮਰਾਈਜ਼ ਕਰਦੇ ਹਾਂ ਥੈਂਕ ਯੂ ਵੈਰੀ ਮੱਚ ਫॉर ਜੁਆਇਨਿੰਗ ਇਨ ਜੇ ਅਗਰ ਜਾਂਦੇ ਤੁਸੀਂ ਅਗਰ ਕੁਝ ਅਗਰ ਕੋਈ ਕਨਕਲੂਜਨ ਆਪਣਾ ਦੇਣਾ ਚਾਹੋ ਤੇ ਦੇ ਸਕਦੇ ਹੋ ਬਾਕੀ ਤੁਹਾਡੇ ਨਾਲ ਅਸੀਂ ਜੁੜੇ ਰਹਾਂਗੇ ਦੇਖਦੇ ਹਾਂ ਕਿ ਕਿਸ ਤਰ੍ਹਾਂ ਇਹ ਮੋਰਚਾ ਚੱਲਦਾ ਹੈ ਕਿਸ ਤਰ੍ਹਾਂ ਕੀ ਹੋ ਰਿਹਾ ਮਤਲਬ ਅੱਜ ਮੇਰੇ ਖਿਆਲ ਕੱਲ ਵੀ ਕੋਈ ਮੀਟਿੰਗ ਹੋਈ ਹੈ ਸ਼ਾਇਦ ਵਿਗਿਆਨ ਭਵਨ ਦੀ ਮੀਟਿੰਗ ਹੋਈ ਹੈ ਸਰ ਮੀਟਿੰਗ ਹੋਈ ਹੈ ਪਰ ਉਸ ਦਾ ਕੋਈ ਕੁਝ ਨਹੀਂ ਕੀਤਾ ਨਹੀਂ ਸਰ ਉਹਨਾਂ ਨੇ ਕੱਲ ਨੂੰ ਫਿਰ ਬੁਲਾਈ ਹੈ ਸਰ ਟੁਮਾਰੋ ਕੱਲ ਨੂੰ 3rd ਆਫ ਦਸੰਬਰ ਸਰ ਹਾਂਜੀ ਹਾਂਜੀ ਪਰ ਐਕਚੁਅਲੀ ਸਰ ਜਦੋਂ ਮੀਟਿੰਗ ਚ ਨਾ ਜਦੋਂ ਤੱਕ ਉਹ ਪਹਿਲਾਂ ਤਾਂ ਉਹਨਾਂ ਨੇ ਕਿਹਾ ਜੀ ਛੋਟੀ ਜਿਹੀ ਕਮੇਟੀ ਬਣਾ ਲਓ ਆਪਣੀ ਸਾਡੇ ਨਾਲ 4 ਬੰਦੇ ਗੱਲ ਕਰੋ ਜ਼ਿਆਦਾ ਨਹੀਂ ਗੱਲ ਕਰਨੀ ਉਹ ਉਹਨਾਂ ਨੇ ਰਿਫਿਊਜ਼ ਕਰਤੀ ਉਹਨਾਂ ਦੀ ਮੰਗ ਵੀ ਨਹੀਂ ਜੀ ਅਸੀਂ ਤਾਂ ਕਿਸਾਨ ਆ ਸਾਰੇ ਇਕੱਠੇ ਹੋ ਕੇ ਗੱਲ ਕਰਾਂਗੇ ਜਿੰਨੇ ਜਥੇਬੰਦੀਆਂ ਚਲੋ ਕਹਿੰਦੇ ਠੀਕ ਹੈ ਜੀ ਅਸੀਂ ਤੁਹਾਡੇ ਨਾਲ ਵੀ ਗੱਲ ਕਰ ਲਾਂਗੇ ਕਹਿੰਦੇ ਆਪਣਾ ਲਿਖ ਕੇ ਲੈ ਕੇ ਆਓ ਤੁਹਾਡੀ ਤੁਸੀਂ ਇਹ ਵੀ ਤੁਸੀਂ ਤੁਹਾਨੂੰ ਪ੍ਰੋਬਲਮ ਕੀ ਹੈ ਅੱਛਾ ਇਹਨਾਂ ਨੂੰ ਇਹ ਪ੍ਰੋਬਲਮ ਨਹੀਂ ਪਤਾ ਚਲੀ ਵੀ ਕਿਸਾਨ ਨੂੰ ਪ੍ਰੋਬਲਮ ਕੀ ਆ ਦੇਖੋ ਸਰ ਇਹ ਐਕਚੁਅਲੀ ਜੋ ਇਹਨਾਂ ਦਾ ਹੁਣ ਸਰ ਦੇਖੋ ਹੁਣ ਅਗਰ ਮੈਂ ਕਹਿੰਦਾ ਜੀ ਦੇਖੋ ਗਵਰਨਮੈਂਟ ਨੂੰ ਪਤਾ ਸੀਗਾ ਵੀ ਕਿਸਾਨ 26 ਨੂੰ ਪਹੁੰਚਣਗੇ ਦਿੱਲੀ ਤੁਸੀਂ ਚਲੇ ਜਾਂਦੇ ਪੰਜਾਬ ਉੱਥੇ ਕਰੋਨਾ ਇੰਨਾ ਫੈਲਿਆ ਹੋਇਆ ਦਿੱਲੀ ਦੇ ਅੰਦਰ ਹੈਨਾ ਤੁਸੀਂ ਵੈਸੇ ਤਾਂ ਲੋਕਡਾਊਨ ਲਾਉਂਦੇ ਹੋ ਇੱਕ ਪਾਸੇ ਤਾਂ ਵੀ ਕਰੋਨਾ ਨਾ ਫੈਲੇ ਹੈਨਾ ਸਰ ਟ੍ਰੈਵਲ ਸਿਕਸ਼ਨ ਕੈਨੇਡਾ ਨੇ 21 ਜਨਵਰੀ ਤੱਕ ਵਧਾ ਦੀਆਂ ਆਪਣੇ ਸਿਟੀਜ਼ਨ ਨੂੰ ਸਿਕਿਉਰ ਕਰਨ ਵਾਸਤੇ ਸਰ ਹੈਨਾ ਤੇ ਸਰ ਤੁਸੀਂ ਦੇਖੋ ਵੀ ਇੰਡੀਆ ਕੀ ਕਰ ਰਿਹਾ ਉਸ ਚ ਤੁਸੀਂ ਉੱਥੇ ਇੰਨੇ ਬੰਦੇ ਇਕੱਠੇ ਹੋਣ ਦੇਤੇ ਤੁਸੀਂ ਪੰਜਾਬ ਆਪਣੇ ਬੰਦੇ ਭੇਜ ਦਿੰਦੇ ਵੀ ਰੁਕੋ ਬਾਈ ਅਸੀਂ ਤੁਹਾਡੇ ਨਾਲ ਇੱਥੇ ਗੱਲ ਕਰਨਾ ਚਾਹੁੰਦੇ ਹਾਂ ਜਿਹੜੀ ਗੱਲ ਉੱਥੇ ਜਾ ਕੇ ਕਿਸਾਨ ਭਵਨ ਚ ਆ ਵੀ ਗਿਆਨ ਭਵਨ ਚ ਹੋਣੀ ਆ ਉਹ ਪੰਜਾਬ ਚ ਕਿਆ ਹੋ ਨਹੀਂ ਸਕਦੀ ਸਰ ਕਿਉਂ ਲੋਕਾਂ ਨੂੰ ਉੱਥੇ ਇੰਨਾ ਪ੍ਰੋਬਲਮ ਇੰਨਾ ਤੇਲ ਫੁੱਕਿਆ ਇੰਨੇ ਲੋਕ ਪਰੇਸ਼ਾਨ ਹੋ ਗਏ ਇੰਨਾ ਖਰਚਾ ਹੋ ਰਿਹਾ ਜੀ ਲੋਕ ਇੰਨਾ ਤੰਗ ਹੋ ਕੇ ਜਾ ਰਹੇ ਆ ਕੀ ਫਾਇਦਾ ਸਰ ਉਸਦਾ ਸਰਕਾਰ ਦੀ ਇਸ ਚ ਕੋਈ ਇੰਟਰਸਟ ਕੋਈ ਸਰਕਾਰ ਨੇ ਸ਼ੋਅ ਨਹੀਂ ਕਰਿਆ ਕਿ ਹਾਂ ਜੀ ਅਸੀਂ ਤੁਹਾਡੀ ਪ੍ਰੋਬਲਮ ਹੈ ਕੋਈ ਸੋਲੂਸ਼ਨ ਕਰ ਦਿੰਦੇ ਆ ਉਲਟਾ ਤੁਸੀਂ ਉਹਨਾਂ ਦੇ ਅੱਗੇ ਖੱਡੇ ਖੋਦ ਰਹੇ ਹੋ ਸਰ ਹੁਣ PIL ਇੱਕ ਪੈ ਗਈ ਸਰ ਹਾਈ ਕੋਰਟ 'ਚ ਕਿ ਤੁਸੀਂ ਜਦੋਂ ਜਿਹੜਾ ਪ੍ਰੀਵੈਂਸ਼ਨ ਆਫ ਡੈਮੇਜ ਟੂ ਪ੍ਰੋਪਰਟੀ ਐਕਟ ਆ ਸਰਕਾਰ ਦਾ ਸਰ ਉਹ ਸਾਡੇ ਸਿਰਫ ਜਨਤਾ ਪਰ ਐਪਲੀਕੇਬਲ ਹੈ ਸਰਕਾਰ ਪਰ ਐਪਲੀਕੇਬਲ ਨਹੀਂ ਜਿਨ੍ਹਾਂ ਨੇ ਖੱਡੇ ਖੋਦਤੇ ਸਰ ਉਹ ਸਾਰਿਆਂ ਵਾਸਤੇ ਕਾਨੂੰਨ ਦਾ ਸਭ ਵਾਸਤੇ ਹੀ ਆ ਜੀ ਜੀ ਦੇਖੋ ਹੁਣ ਕੀ ਬਣਦਾ ਸਰ ਕਿੰਨੀ ਮਾੜੀ ਗੱਲ ਆ ਸਰ ਕਿ ਕਿਸੇ ਤੁਸੀਂ ਪੀਸਫੁਲ ਪ੍ਰੋਟੈਸਟ ਦੇ ਉੱਪਰ ਤੁਸੀਂ ਡੰਡੇ ਵਰਸਾ ਰਹੇ ਹੋ ਤੁਸੀਂ ਉਹਨਾਂ ਪਰ ਆਸ਼ੂ ਗੈਸ ਦੇ ਗੋਲੇ ਚਲਾ ਰਹੇ ਹੋ ਸਰ ਉਹ ਬਹੁਤ ਮਾੜੀ ਗੱਲ ਆ ਤੁਸੀਂ ਉਹਨਾਂ ਨੇ ਕਿਹੜਾ ਕੋਈ ਤੋੜ ਫੋੜ ਕੀਤੀ ਹੈ ਸਰ ਉਹ ਤਾਂ ਪੀਸਫੁਲੀ ਸੜਕ ਤੇ ਜਾ ਰਹੇ ਉਹਨਾਂ ਨੂੰ ਕਿਉਂ ਕਿਵੇਂ ਰੋਕ ਸਕਦੇ ਹੋ ਤੁਸੀਂ ਸਰ ਗੱਲ ਇਹ ਹੈ ਵੀ ਉਹ ਇੰਟਰਸਟਿਡ ਨਹੀਂ ਹਜੇ ਨਜ਼ਰ ਆ ਰਹੀ ਗਵਰਨਮੈਂਟ ਔਰ ਇਹਨਾਂ ਨੇ ਕਿਸਾਨਾਂ ਨੇ ਵਾਪਸ ਕੋਈ ਨਹੀਂ ਆਉਣਾ ਸਰ ਮੈਂ ਉੱਥੇ ਜਾ ਕੇ ਦੇਖ ਕੇ ਆਇਆ ਲੋਕਾਂ ਦੇ ਹੌਸਲੇ ਬਹੁਤ ਬੁਲੰਦ ਆ ਬਹੁਤ ਬੁਲੰਦ ਆ ਜਦੋਂ ਤੱਕ ਇਹਨਾਂ ਨੂੰ ਕੋਈ ਰੈਮਿਡੀ ਨਹੀਂ ਮਿਲਦੀ ਇਹ ਨਹੀਂ ਵਾਪਸ ਆਣਗੇ ਸਰ ਆਈ ਐਮ ਸ਼ੋਰ ਸਰ ਇਹਨਾਂ ਨੂੰ ਕੁਛ ਨਾ ਕੁਛ ਕਰਨਾ ਪੈਣਾ ਸਟਰੋਂਗ ਸਟੈਪ ਮੈਂ ਤਾਂ ਕਹਿ ਰਿਹਾ ਜੇ ਕੋਈ ਗਵਰਨਮੈਂਟ ਦਾ ਨੁਮਾਇੰਦਾ ਵੀ ਦੇਖ ਰਿਹਾ ਤਾਂ ਭਾਈ ਇਹਨਾਂ ਨੂੰ ਜਲਦੀ ਜਲਦੀ ਇਹਨਾਂ ਦਾ ਸੌਰਟ ਆਊਟ ਕਰੋ ਮੈਟਰ ਕੋਈ ਵੱਡੀ ਗੱਲ ਨਹੀਂ ਹੈ ਤੁਹਾਡੀ ਵੀ ਚੀਜ਼ਾਂ ਰਹਿ ਜਾਣਗੀਆਂ ਕਿਸਾਨ ਨੂੰ ਵੀ ਸੇਵ ਕਰ ਦਿਓ ਤਾਂ ਬਹੁਤ ਵੱਡੀ ਗੱਲ ਨਹੀਂ ਹੈ ਜੀ ਸਰ ਇੱਥੇ ਇੱਕ ਬੰਨੇ ਤੇ ਮੀਟਿੰਗ ਬੁਲਾਉਂਦੇ ਆ ਕਿ ਜੀ ਸਾਡੇ ਨਾਲ ਆ ਕੇ ਗੱਲ ਕਰੋ ਤੇ ਇੱਕ ਬੰਨੇ PM ਦਾ ਉੱਥੇ ਹైదరాబాద్ ਦੇ ਵਿੱਚ ਸਟੇਟਮੈਂਟ ਆਉਂਦੀ ਵੀ ਕਿਸਾਨਾਂ ਨੂੰ ਜਿਹੜਾ ਵਾ ਵਰਗ ਲਾਇਆ ਜਾ ਰਿਹਾ ਆ ਹਾਂ ਜੀ ਹਾਂ ਜੀ ਹਾਂ ਜੀ ਦੂਸਰੀਆਂ ਬਹੁਤ ਸਾਰੇ ਨਾਮ ਲਏ ਜਾ ਰਹੇ ਆ ਸਰ ਬਹੁਤ ਸਾਰੇ ਨਾਮ ਲਏ ਜਾ ਰਹੇ ਕਿ ਫਲਾਣਾ ਹਾਂ ਜੀ ਬਹੁਤ ਸਾਰੇ ਨਾਮ ਲਿੱਤੇ ਜਾ ਰਹੇ ਆ ਕਈ ਮੈਂ ਬਿਆਨ ਮੈਂ ਸੁਣਿਆ ਸੀ ਕੋਈ ਮੰਤਰੀ ਕਹਿ ਰਿਹਾ ਸੀ ਕਿ ਵੀ ਇੱਥੇ ਫਿਰ ਕਿਸਾਨ ਹੈ ਹੀ ਨਹੀਂ ਕੋਈ ਹੋਰ ਲੋਕ ਆਏ ਤੇ ਚਲੋ ਸਰ ਇਹਦਾ ਉਹਨਾਂ ਦੀ ਦੇਖੋ ਆਪਣੇ ਵੌਇਸ ਆਪਣੇ ਮੌਲਿਕ ਅਧਿਕਾਰ ਆ ਕੁਝ ਵੀ ਬੋਲ ਸਕਦਾ ਕੋਈ ਬੰਦਾ ਇਹ ਆਪਣੇ ਕੋਲ ਫੰਡਾਮੈਂਟਲ ਰਾਈਟ ਹੈ ਜੀ ਆਪਣਾ ਹੈ ਨਾ ਸੁਤੰਤਰਤਾ ਦਾ ਅਧਿਕਾਰ ਜਿਸ ਨੂੰ ਕਹਿੰਦੇ ਆ ਆਪਾਂ ਬੋਲੀ ਜਾਓ ਤੇ ਸਭ ਨੂੰ ਪਤਾ ਜੀ ਉੱਥੇ ਕੌਣ ਬੈਠਿਆ ਬਜ਼ੁਰਗ ਬੈਠੇ ਟਰਾਲੀ ਕੋਈ ਕਿਸੇ ਹੋਰ ਤੋਂ ਕਿਵੇਂ ਆਜੂਗੀ ਜ਼ਿਮੀਦਾਰ ਤੋਂ ਬਿਨਾਂ ਮੈਨੂੰ ਦੱਸੋ ਸਰ ਹੈ ਨਾ ਕੋਈ ਪਾਰਟੀ ਕਹਿੰਦੀ ਹੈ ਜੀ ਪਾਰਟੀ ਵਿਸ਼ੇਸ਼ ਦਾ ਕੰਮ ਹੈ ਤੁਸੀਂ ਇੰਨੀ ਪਾਰਟੀ ਪਰ ਬੰਦੇ ਇਕੱਠੇ ਕਰਕੇ ਦਿਖਾਓ ਦਿਖਾਓ ਨਾ ਨਹੀਂ ਠੰਡ ਵਿੱਚ ਇੰਨੇ ਦਿਨ ਬੰਦੇ ਬੈਠੇ ਰਹਿਣ ਕੋਈ
ਉਹਨਾਂ ਦੇ 100 ਰਸਤੇ ਆ ਸਰ, ਕੋਈ ਵੱਡੀ ਗੱਲ ਨਹੀਂ ਹੈ ਇਹ, ਮੇਰੇ ਹਿਸਾਬ ਨਾਲ ਕੋਈ ਬਹੁਤ ਵੱਡੀ ਗੱਲ ਨਹੀਂ ਹੈ। ਮੈਂ ਤਾਂ ਛੋਟਾ ਜਿਹਾ ਐਡਵੋਕੇਟ ਆ ਸਰ, ਉਹਨਾਂ ਡੇਡੇ ਬੰਦੇ ਦਿਮਾਗ ਵਾਲੇ ਬੈਠੇ ਆ, ਉਹਨਾਂ ਨੂੰ ਬਹੁਤ ਵੱਡੀ ਗੱਲ ਨਹੀਂ ਆ। ਬਟ ਉਹ ਮਤਲਬ ਕਰ ਸਕਦੇ ਆ, ਜਿਹੜੇ ਬੰਦੇ ਏਡੇ ਵੱਡੇ ਬੈਠੇ ਆ ਉਹ ਕਿਸਾਨਾਂ ਵਾਲੀ ਨੀ ਨਾ ਕੰਮ ਕਰਦੇ, ਉਹਨਾਂ ਦਾ ਦਿਮਾਗ ਤੇ ਜਿਹੜਾ ਥਿੰਕ ਟੈਂਕ ਹੈ ਉਹ ਸਾਰਾ ਲੱਗਾ ਵੀ ਕਾਰਪੋਰੇਟ ਨੂੰ ਕਿਵੇਂ ਫਾਇਦਾ ਪਹੁੰਚਾਇਆ ਜਾਵੇ। ਐਕਚੁਅਲੀ ਇੱਕ ਪ੍ਰੋਬਲਮ ਹੋਰ ਹੈ ਸਰ, ਸੌਰੀ ਮੈਂ ਤੁਹਾਡੀ ਗੱਲ ਕੱਟ ਰਿਹਾ, ਇੱਕ ਪ੍ਰੋਬਲਮ ਪਤਾ ਕੀ ਹੈ ਸਰ, ਜਿਹੜੇ ਕਾਨੂੰਨ ਬਣਾਉਣੇ ਵਾਲੇ ਬੰਦੇ ਆ ਨਾ ਜਾਂ ਹਾਈ ਲੈਵਲ ਦੇ ਬੰਦੇ ਆ, ਉਹਨਾਂ ਨੂੰ ਗਰਾਊਂਡ ਰਿਐਲਿਟੀ ਦੱਸਣ ਵਾਲਾ ਕੋਈ ਹੈ ਹੀ ਨਹੀਂ। ਪ੍ਰੈਕਟੀਕਲ ਜਿਹੜੀ ਗੱਲ ਮੈਂ ਤੁਹਾਨੂੰ ਚਲੋ ਗੱਲ ਮੈਂ ਕਰੀ ਆ, ਉਹ ਗੱਲ ਉਹਨਾਂ ਨੂੰ ਪਤਾ ਹੀ ਨਹੀਂ ਇਸ ਗੱਲ ਦਾ, ਲੈਂਡ ਹੋਲਡਿੰਗ ਦਾ ਕਿਸਾਨ ਕੋਲ ਹੈ ਨਹੀਂ, ਉਹ ਕੀ ਕੰਟਰੈਕਟ ਫਾਰਮਿੰਗ ਕਰ ਲੂਗਾ ਜੀ। ਅੱਗੇ ਨੂੰ ਘੱਟ ਰਹੀ ਹੈ ਸਰ, ਅੱਗੇ ਨੂੰ ਲੈਂਡ ਹੋਲਡਿੰਗ ਘੱਟ ਰਹੀ ਹੈ, ਕਿਸਾਨ ਦੀ ਵੱਧ ਥੋੜੀ ਰਹੀ ਆ। ਇੰਡੀਆ ਦੀ ਜ਼ਮੀਨ ਤਾਂ ਵੱਧ ਨਹੀਂ ਜਾਣੀ, ਕਲੋਨੀਆਂ ਵੱਧ ਰਹੀਆਂ, ਬੱਚੇ ਇੱਕ ਦੋ ਦੋ ਹੋ ਰਹੇ ਆ, ਅੱਗੇ ਲੈਂਡ ਹੋਲਡਿੰਗ ਘੱਟ ਰਹੀ ਹੈ ਸਰ, ਸ਼ਹਿਰ ਬਣ ਰਹੇ ਆ, ਸੜਕਾਂ ਬਣ ਰਹੀਆਂ, ਏਅਰਪੋਰਟ ਬਣ ਰਹੇ ਆ, ਤਾਂ ਉਹ ਤਾਂ ਤੁਸੀਂ ਘੱਟ ਰਹੀ ਆ, ਤੁਸੀਂ ਉਸਨੂੰ ਹੋਰ ਉਸ ਪਾਸੇ ਜਾ ਰਹੇ ਹੋ ਵੀ ਜਦੋਂ ਵੱਧ ਰਹੇ ਹੋ ਗਏ ਆ ਨਾ, ਉਲਟਾ ਸਿਸਟਮ ਹੈ ਸਰ, ਰਿਵਰਸ ਗੇਅਰ ਲਾ ਲਿਆ ਇਹਨਾਂ ਨੇ ਤਾਂ। ਅਸਲੀ ਸਰ ਚਲੋ, ਥੈਂਕ ਯੂ ਗੁਰਪ੍ਰੀਤ, ਥੈਂਕ ਯੂ ਵੈਰੀ ਮਚ ਫੋਰ ਯੋਰ ਕੋਆਪਰੇਸ਼ਨ। ਤੁਸੀਂ ਆਏ ਹੋ ਤੇ ਕੋਈ ਗਲਤ ਗੱਲ ਹੋ ਗਈ ਹੋਵੇ ਉਸ ਵਾਸਤੇ ਮਾਫੀ ਹੈ ਜੀ ਸਾਰੇ। ਨਾ ਨਾ ਥੈਂਕ ਯੂ, ਨਹੀਂ ਥੈਂਕ ਯੂ, ਆਲਵੇਸ ਫਰੈਸ਼ ਪੁਆਇੰਟ ਵਿਊਅਰਸ ਨੂੰ ਵੀ। ਹਾਂਜੀ ਹਾਂਜੀ, ਇਹ ਸਨ ਗੁਰਪ੍ਰੀਤ ਸਿੰਘ ਐਂਟਲ, ਇਹ ਅੰਬਾਲੇ ਦੇ ਵਕੀਲ ਨੇ, ਤੇ ਅਗਰ ਜੇ ਕਿਸੇ ਨੇ ਕਰਨਾ ਹੈ ਤੇ ਗੁਰਪ੍ਰੀਤ ਨੂੰ ਮੈਂ ਕਹਿ ਦਾਂਗਾ, ਰਿਕੁਐਸਟ ਕਰ ਦਾਂਗਾ, ਜੇ ਆਪਣਾ ਫੋਨ ਨੰਬਰ ਦੇਣਾ ਚਾਹੇ ਤੇ ਦੇ ਸਕਦੇ ਇਹਨਾਂ ਦਾ, ਮੈਂ ਯੂਟਿਊਬ ਤੇ ਲਿਖ ਦਿਆਂਗਾ, ਜੇ ਕਿਸੇ ਨੂੰ ਕੋਈ ਕੰਟੈਕਟ ਕਰਨਾ ਹੈ। ਗੁਰਪ੍ਰੀਤ ਐਂਟਲ ਕਿਸ ਤਰ੍ਹਾਂ ਦੇ ਕਿਸ ਤਰ੍ਹਾਂ ਦੇ ਕੇਸਿਸ ਕਰਦੇ ਹੋ, ਵਕਾਲਤ ਕੀ ਕਰ ਰੱਖਿਆ ਆਪਣਾ, ਲਿਟੀਗੇਸ਼ਨ ਵਗੈਰਾ ਕੀ ਕਰਦੇ ਹੋ ਇੱਥੇ ਅੰਬਾਲੇ? ਸਰ ਆਈ ਐਮ ਪ੍ਰੈਕਟਿਸਿੰਗ ਸਿੰਸ 1999 ਸਰ। ਸੀਨੀਅਰ ਸਨ he was also from Ambala. Mr. Benz, hosta ke video nu dekh rahe ho shayad, te oh vi Ambala de rehne wale ne, te Ambala pehla practice karde si, fir oh immigrate karke itthe aa gaye, te agar kadi tusi Edmonton aaoge te zarur tusi unna nu mil sakde ho, ya whatever, you know, he is also from Ambala. Chalo, thank you. Main last year Canada gaya si ga June ch. Acha, kede ga? Haanji, main sir Toronto gaya si ga, Brampton. Acha, Brampton de Mississauga te Ottawa vi gaya si ga. ਜੂਰੀ ਬੈਠੀ ਹੋਊਗੀ, ਪੰਜ ਛੇ ਮੈਂਬਰਸ ਬੈਠੇ ਹੋਣਗੇ, ਲੇਕਿਨ ਮੈਂ ਜਿਸ ਕੋਰਟ ਚ ਗਿਆ ਇੱਕ ਚਲਾਨ ਸੀਗਾ ਸਰ, ਕਿਸੇ ਦਾ ਨਾ ਉਹ ਆਪਣਾ ਡਰਾਈਵਰ ਦਾ ਚਲਾਨ ਹੋ ਗਿਆ ਸੀ ਜੀ ਜੀ, ਤੇ ਐਡਵੋਕੇਟ ਮੇਰੇ ਫਰੈਂਡ ਆ, ਉਹ ਇੱਕੋ ਲਈ ਲੇਡੀ ਬੈਠੀ ਸੀ ਉਸ ਨਾਲ, ਟ੍ਰੈਫਿਕ ਕੋਰਟ ਸੀ। ਹਾਂਜੀ ਹਾਂਜੀ ਸਰ, ਹਾਂਜੀ ਹਾਂਜੀ, ਟ੍ਰਿਬਿਊਨਲ ਸਾਡੇ ਟ੍ਰਿਬਿਊਨਲ ਬਣੀ ਹੋਈ ਹੈ, ਤੁਹਾਡੇ ਦੂਸਰੇ ਸਿਸਟਮ ਥੋੜਾ ਡਿਫਰੈਂਟ ਆ। ਹਾਂਜੀ 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 ਸਰ, ਚਲੋ ਬਸ ਇਹ ਹੈ ਸਰ, ਤੇ ਬਾਕੀ ਕੋਈ ਗੱਲ ਨਹੀਂ ਸਰ, ਜਦੋਂ ਐਨੀ ਟਾਈਮ ਮੇਰੀ ਸਰਵਿਸ ਦੀ ਲੋਡ ਹੋਗੀ ਆਈ ਐਮ ਅਵੇਲੇਬਲ ਸਰ, ਠੀਕ ਹੈ, ਕੋਈ ਚੱਕਰ ਨਹੀਂ ਸਰ, ਠੀਕ ਹੈ। ਥੈਂਕ ਯੂ ਗੁਰਪ੍ਰੀਤ, ਥੈਂਕ ਯੂ ਸਰ, ਥੈਂਕ ਯੂ ਸਰ, ਥੈਂਕ ਯੂ ਸੋ ਮਚ, ਥੈਂਕ ਯੂ ਭਾਈ ਜੀ, ਸਤਿ ਸ਼੍ਰੀ ਅਕਾਲ ਜੀ, ਭਾਈ ਜੀ।